ਤੁਹਾਡਾ ਸਵਾਗਤ ਹੈ। ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ। ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੀ ਤਹਿਸੀਲ ਮਲੋਟ ਦੇ ਬਾਬਾ ਦੀਪ ਸਿੰਘ ਨਗਰ ਵਿੱਚ ਇੱਕ ਘਰ ਤੇ ਚੱਲ ਰਹੇ ਨਿਰਮਾਣ ਕਾਰਜ ਵਿੱਚ ਲੱਗੇ 22 ਸਾਲ ਦੇ ਨੌਜਵਾਨ ਮਜ਼ਦੂਰ ਆਕਾਸ਼ਦੀਪ ਸਿੰਘ ਦੀ ਬਿਜਲੀ ਦਾ ਕਰੰਟ ਲੱਗਣ ਕਾਰਨ ਦਰਦਨਾਕ ਮੌਤ ਹੋਣ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਜ਼ਦੂਰ ਦੇ ਨਾਲ ਕੰਮ ਕਰ ਰਹੇ ਸਾਥੀ ਮਜ਼ਦੂਰਾਂ ਨੇ ਦੱਸਿਆ ਕਿ ਹਾਦਸੇ ਦਾ ਸ਼ਿਕਾਰ ਹੋਏ 22 ਸਾਲ ਦੇ ਆਕਾਸ਼ਦੀਪ ਦੇ ਪਿਤਾ ਜਗਮੀਤ ਸਿੰਘ ਦੀ ਮੌਤ ਹੋ ਚੁੱਕੀ ਹੈ। ਹੁਣ ਇਹ ਨੌਜਵਾਨ ਆਪਣੇ ਘਰ ਵਿੱਚ ਇਕਲੌਤਾ ਆਮਦਨੀ ਦਾ ਸਾਧਨ ਸੀ, ਜਿਸ ਨੂੰ ਅੱਜ ਬਿਜਲੀ ਦੇ ਕਰੰਟ ਨੇ ਖਤਮ ਕਰਕੇ ਗਰੀਬ ਪਰਿਵਾਰ ਨੂੰ ਮੁਕੰਮਲ ਤੌਰ ਤੇ ਬਰਬਾਦ ਕਰ ਦਿੱਤਾ। ਬਾਬਾ ਦੀਪ ਸਿੰਘ ਨਗਰ ਦੇ ਵਿੱਚ ਕਿਸੇ ਵਿਅਕਤੀ ਨੂੰ ਕਰੰਟ ਲੱਗ ਗਿਆ ਤੇ ਉਹਦੀ ਮੌਤ ਹੋ ਗਈ ਹੈ। ਮੌਕੇ ਤੇ ਪੁੱਜਿਆ, ਮੌਕੇ ਤੇ ਇਲਾਜ ਨੂੰ ਅਗਲੀ ਕਾਰਵਾਈ ਸੀ ਹਸਪਤਾਲ ਮੁੜ ਗਿਆ। ਮਰਨ ਵਾਲੇ ਦਾ ਨਾਂ ਹੈਗਾ ਜੀ ਆਕਾਸ਼ਦੀਪ ਸਿੰਘ, ਆਕਾਸ਼ਦੀਪ ਸਿੰਘ ਪੁੱਤਰ ਜਗਮੀਤ ਸਿੰਘ ਵਾਸੀ ਪਟੇਲ ਨਗਰ। ਭਾਅ ਜੀ ਮੇਰਾ ਨਾਂ ਸਰਬਜੀਤ ਹੈ ਜੀ। ਇਹ ਪਾਵੇ ਲਾਈ ਜਾਂਦੇ ਸੀ, ਅਸੀਂ ਪਲਸਤਰ ਕਰੀ ਜਾਂਦੇ ਸੀ ਬਈ। ਮੈਂ ਇਹਨਾਂ ਨੂੰ ਕਿਹਾ ਵੀ ਮੈਂ ਕਿਹਾ ਪੈਪ ਖਿੱਚ ਦੇ, ਇਹ ਪੈਪ ਖਿੱਚਣ ਲੱਗਿਆ ਜੀ ਅਤੇ ਇਹਨੂੰ ਕਰੰਟ ਲੱਗ ਗਿਆ ਜੀ। ਠੀਕ ਹੈ ਜੀ, ਅਸੀਂ ਇੰਨੇ ਹੰਭਲੇ ਪੈ ਗਏ, ਸਾਨੂੰ ਕੁਛ ਨਹੀਂ ਕੈਬ ਛਡਾਉਣ ਵਾਸਤੇ, ਤੇ ਇਹਨੇ ਦੀ ਡੈਥ ਹੋ ਗਈ ਜਦੋਂ ਥੱਲੇ। ਜੇਲ੍ਹ ਅੰਦਰ ਬੰਦ ਹਵਾਲਾਤੀਆਂ ਤੇ ਬੰਦੀਆਂ ਨੂੰ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਵਾਲਾ ਜੇਲ੍ਹ ਵਾਰਡਨ ਆਪਣੀ ਡਿਊਟੀ ਸਮੇਂ ਜੇਲ੍ਹ ਅੰਦਰ ਅਫੀਮ ਲੱਜਾਂ ਦਾ ਕਾਬੂ ਕੀਤਾ ਗਿਆ। ਜੇਲ੍ਹ ਅੰਦਰ ਨਸ਼ੇ ਤੇ ਮੋਬਾਈਲ ਫੋਨਾਂ ਦੀ ਲਗਾਤਾਰ ਬਰਾਮਦਗੀ ਦੀ ਆੜ ਨੂੰ ਲੈ ਕੇ ਵਿਵਾਦਾਂ ਵਿੱਚ ਰਹਿਣ ਵਾਲੇ ਜੇਲ੍ਹ ਦੇ ਸੁਰੱਖਿਆ ਕਰਮਚਾਰੀ ਕੋਲੋਂ ਅੱਜ ਡਿਊਟੀ ਦੀ ਆੜ ਵਿੱਚ 250 ਗ੍ਰਾਮ ਅਫੀਮ ਬਰਾਮਦ ਹੋਈ। ਜਾਣਕਾਰੀ ਅਨੁਸਾਰ ਉਕਤ ਕਰਮਚਾਰੀ ਅਫੀਮ ਦੀ ਸਪਲਾਈ ਜੇਲ੍ਹ ਅੰਦਰ ਬੰਦ ਹਵਾਲਾਤੀਆਂ ਤੇ ਬੰਦੀਆਂ ਨੂੰ ਕਰਦਾ ਸੀ। ਸਰ ਇੱਕ ਮੁਲਾਜ਼ਮ ਫੜਿਆ ਸਰ, ਉਹਦੇ ਕੋਲ 250 ਗ੍ਰਾਮ ਫੀਮ ਫੜੀ ਗਈ ਸਰ, ਕੀ ਮਾਮਲਾ ਹੈ ਸਾਰਾ ਜੀ? ਇਹ ਮਾਮਲਾ ਇਹ ਹੈ ਕਿ ਕੱਲ੍ਹ ਸਵੇਰੇ ਇੱਕ ਮੁੰਡਾ ਹੈ ਰਣਜੀਤ ਸਿੰਘ, ਸਾਰਾ ਸ਼ਿੰਗਾਰਾ ਸਿੰਘ, ਇਹ ਸ਼ਾਹਕੋਟ ਜਲੰਧਰ ਦਾ ਰਹਿਣ ਵਾਲਾ ਹੈ ਅਤੇ ਇੱਥੇ ਜੋਬ ਕਰਦਾ ਹੈ। ਕਿੱਥੇ ਜੀ? ਜੇਲ੍ਹ ਪੁਲਿਸ ਦੇ ਵਿੱਚ ਅੰਦਰ ਵਾਰਡਨ। ਅਤੇ ਇਹ ਕੱਲ੍ਹ ਸਵੇਰੇ 8 ਵਜੇ ਅੰਦਰ ਜਾ ਰਿਹਾ ਸੀ ਜੇਲ੍ਹ ਦੇ, ਅਤੇ ਜਦੋਂ ਸਰਚ ਕੀਤੀ ਤਾਂ ਇਹਦੀ ਕੋਲੋਂ ਜਿਹੜੀ ਹੈ 250 ਗ੍ਰਾਮ ਜਿਹੜੀ ਹੈ ਫੀਮ ਹੈ ਉਹ ਬਰਾਮਦ ਹੋਈ ਹੈ। ਅੱਗੇ ਵੀ ਸਰ ਕੋਈ ਮਾਮਲਾ ਦਰਜ ਇੱਥੇ? ਨਹੀਂ, ਇਸ ਤੋਂ ਪਹਿਲਾਂ ਅਜੇ ਤੱਕ ਤਾਂ ਨਹੀਂ ਕੋਈ ਮਾਮਲਾ ਦਰਜ ਆਇਆ ਸਰ ਸਾਡੇ ਨੋਟਿਸ ਵਿੱਚ ਆਇਆ, ਪਰ ਫਿਰ ਵੀ ਇਹਦੀ ਤਹਿਕੀਕਾਤ ਕਰਾਂਗੇ। ਕੀ ਕਾਰਵਾਈ ਕੀਤੀ ਜਾ ਰਹੀ ਹੋਏਗਾ ਤੇ ਫਿਰ ਉਹ ਬਾਅਦ ਵਿੱਚ ਇਨਵੈਸਟੀਗੇਸ਼ਨ। ਕੀ ਕਾਰਵਾਈ ਕੀਤੀ ਜਾ ਰਹੀ ਹੈ ਇਹਦੇ ਉੱਤੇ? NDPS ਐਕਟ ਦਾ ਮੁਕੱਦਮਾ ਜਿਹੜਾ ਦਰਜ ਕੀਤਾ। ਪੁਆਇੰਟ ਗੋਇੰਦਵਾਲ ਸਾਹਿਬ ਵਿਖੇ ਸਥਿਤ ਸਤਗੁਰ ਸਪਿਨਿੰਗ ਮਿੱਲ ਵਿੱਚ ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ ਹੋਇਆ। ਮੌਕੇ ਤੇ ਪੁੱਜੀ ਫਾਇਰ ਬ੍ਰਿਗੇਡ ਵੱਲੋਂ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉੱਥੇ ਅੱਗ ਲੱਗਣ ਕਾਰਨ ਫੈਕਟਰੀ ਦਾ ਸ਼ੈੱਡ ਵੀ ਡਿੱਗ ਗਿਆ। ਫੈਕਟਰੀ ਮਾਲਕ ਸੁਰਿੰਦਰਪਾਲ ਸਿੰਘ ਸੈਣੀ ਨੇ ਆਖਿਆ ਹੈ ਕਿ ਅੱਗ ਨਾਲ ਫੈਕਟਰੀ ਅੰਦਰ ਪਈਆਂ ਮਸ਼ੀਨਾਂ ਤੇ ਲੱਖਾਂ ਰੁਪਏ ਦਾ ਕੱਚਾ ਮਾਲ ਸੜ ਕੇ ਸਵਾਹ ਹੋ ਗਿਆ। ਫਿਲਹਾਲ ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ। ਸਾਹਿਬ ਜਿਹੜੀ ਅੱਜ ਇੱਕ ਫੈਕਟਰੀ ਦੇ ਵਿੱਚ ਅੱਗ ਲੱਗੀ, ਕਾਹਦੀ ਫੈਕਟਰੀ ਤੇ ਕਿੰਨਾ ਨੰਬਰ ਫੈਕਟਰੀ ਹੈ ਜੀ? ਦੇਖੋ ਜੀ, ਅੱਜ ਸਵੇਰ ਤੋਂ ਬੜੀ ਦੁਖਦਾਈ ਖਬਰ ਸੁਣਨ ਨੂੰ ਮਿਲੀ ਕਿ ਸਤਿਗੁਰੂ ਸਪਿਨਿੰਗ ਮਿੱਲ ਜਿਹੜੀ ਕਿ 49 ਨੰਬਰ ਇੰਡਸਟਰੀ ਕੰਪਲੈਕਸ ਗੋਇੰਦਵਾਲ ਸਾਹਿਬ ਦੇ ਵਿੱਚ ਜਿਹੜੀ ਕਿ ਧਾਗੇ ਦੀ ਫੈਕਟਰੀ ਸੀਗੀ, ਅਤੇ ਸਵੇਰ ਤੋਂ ਉੱਥੋਂ ਹੀ ਇੱਕ ਸ਼ੋਰਟ ਸਰਕਟ ਦੇ ਨਾਲ ਅੱਗ ਲੱਗੀ। ਬੜਾ ਦੁਖਦਾਈ ਸਮਾਚਾਰ ਦੇਖਣ ਨੂੰ ਮਿਲਿਆ, ਅਤੇ ਬਹੁਤ ਹੀ ਜਾ ਕੇ ਦੇਖਿਆ ਕਿ ਕਰੋੜਾਂ ਦੇ ਤੋਂ ਜ਼ਿਆਦਾ ਨੁਕਸਾਨ ਹੋ ਗਿਆ ਫੈਕਟਰੀ ਦੇ ਵਿੱਚ, ਕਿਉਂਕਿ ਕਾਫੀ ਪੱਧਰ 'ਤੇ ਰਾ ਮਟੀਰੀਅਲ ਜਿਹੜਾ ਪਿਆ ਸੀ ਉੱਥੇ, ਔਰ ਤਿਆਰ ਕੀਤਾ ਹੋਇਆ ਮਾਲ ਜਿਹੜਾ ਉਹ ਵੀ ਬੜੇ ਵੱਡੇ ਪੱਧਰ 'ਤੇ ਪਿਆ ਸੀਗਾ, ਅਤੇ ਬਹੁਤ ਹੀ ਦੁਖਦਾਈ ਸਮਾਚਾਰ ਹੈ। ਅਤੇ ਸਭ ਤੋਂ ਮੈਂ ਸਮਝਦਾ ਵੀ ਬੜੀ ਸਰਕਾਰ ਦੀ ਬੜੀ ਵੱਡੀ ਨਲਾਇਕੀ ਹੈ ਕਿ ਇਸ ਇੰਡਸਟਰੀ ਕੰਪਲੈਕਸ ਦੇ ਵਿੱਚ ਜਿੱਥੇ 80-90 ਪ੍ਰੋਜੈਕਟ ਹੈ, ਬੜੇ ਵੱਡੇ ਵੱਡੇ ਪ੍ਰੋਜੈਕਟ ਵੀ ਇੱਥੇ ਚੱਲ ਰਹੇ ਆ, ਪਰ ਇੱਥੇ ਫਾਇਰ ਬ੍ਰਿਗੇਡ ਦੀ ਇੱਕ ਵੀ ਗੱਡੀ ਦਾ ਕੋਈ ਪ੍ਰਬੰਧ ਨਹੀਂ ਹੈਗਾ। ਕੁਛ ਸਮਾਂ ਪਹਿਲਾਂ ਜਦੋਂ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਸਰਕਾਰ ਸੀ, ਤਾਂ ਉਦੋਂ ਅਸੀਂ ਇੱਥੇ ਇੱਕ ਪ੍ਰਬੰਧ ਕੀਤਾ ਸੀਗਾ ਕਿ ਦੋ ਗੱਡੀਆਂ
ਔਰ ਸਾਰੇ ਡਰਾਈਵਰ ਵਧੀਆ ਇੱਕ ਫਾਇਰ ਬ੍ਰਿਗੇਡ ਦਾ ਦਫ਼ਤਰ ਬਣਾਇਆ ਸੀਗਾ, ਸਾਰਾ ਪਾਣੀ ਦਾ ਟੈਂਕਰ ਵਗੈਰਾ ਬਣਾ ਕੇ ਵਧੀਆ ਪ੍ਰਬੰਧ ਕੀਤਾ ਸੀਗਾ। ਉਸ ਤੋਂ ਬਾਅਦ ਕਿਸੇ ਵੀ ਸਰਕਾਰ ਨੇ ਕੋਈ ਖਿਆਲ ਹੀ ਨਹੀਂ ਕੀਤਾ। ਅੱਜ ਦੇ ਸਮੇਂ ਦੇ ਵਿੱਚ ਜੇ ਕਿਤੇ ਖੁਦਾ ਨਾ ਖਾਸਤਾ ਜਿਵੇਂ ਅੱਜ ਐਡੀ ਵੱਡੀ ਘਟਨਾ ਵਾਪਰੀ ਹੈ, ਜਦੋਂ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ ਤਾਂ ਉਹਨਾਂ ਵਾਸਤੇ ਕੋਈ ਵੀ ਫਾਇਰ ਬ੍ਰਿਗੇਡ ਦਾ ਕੋਈ ਪ੍ਰਬੰਧ ਨਹੀਂ। ਜਦੋਂ ਮਾੜੀ ਘਟਨਾ ਵਾਪਰਦੀ, ਅੱਜ ਜਦੋਂ ਸ਼ੋਰਟ ਸਰਕਟ ਦੇ ਨਾਲ ਅੱਗ ਲੱਗੀ ਹੈ, ਉਸ ਤੋਂ ਬਾਅਦ DHL ਭਾਰਤ ਹੈਵੀ ਇਲੈਕਟ੍ਰੀਕਲ ਉੱਥੋਂ ਗੱਡੀ ਮੰਗਵਾਈ, ਤਰਨ ਤਾਰਨ ਤੋਂ ਗੱਡੀਆਂ ਮੰਗਵਾਈਆਂ, ਅਤੇ ਜਦੋਂ ਤੱਕ ਗੱਡੀਆਂ ਇੱਥੇ ਪਹੁੰਚੀਆਂ ਉਦੋਂ ਤੱਕ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ। ਅਤੇ ਮੈਂ ਸਮਝਦਾ ਵੀ ਇਹਦੇ ਵਿੱਚ ਜਿੱਥੇ ਸ਼ੋਰਟ ਸਰਕਟ ਦੀ ਗੱਲ ਹੋਈ, ਉਹਦੇ ਨਾਲ ਨਾਲ ਇੱਕ ਬਹੁਤ ਵੱਡਾ ਸਰਕਾਰ ਦੀ ਨਲਾਇਕੀ ਵੀ ਹੈ। ਜੇ ਕਿਤੇ ਸਮੇਂ ਦੇ ਮੁਤਾਬਕ ਜੇ ਟਾਈਮ ਸਿਰ ਉੱਥੇ ਗੱਡੀਆਂ ਪਹੁੰਚ ਜਾਂਦੀਆਂ ਫਾਇਰ ਬ੍ਰਿਗੇਡ ਵਾਲਿਆਂ ਦੀਆਂ, ਅਤੇ ਵਧੀਆ ਤਰੀਕੇ ਦੇ ਨਾਲ ਕੰਟਰੋਲ ਕਾਬੂ ਕੀਤਾ ਜਾ ਸਕਦਾ ਸੀ, ਅਤੇ ਅੱਜ ਕਰੋੜਾਂ ਦੇ ਵਿੱਚ ਨੁਕਸਾਨ ਹੋਇਆ ਜਿਹੜਾ ਕਿ ਜਲਦੀ ਪੂਰਾ ਨਹੀਂ ਹੋ ਸਕਦਾ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਦਾ ਵੱਡਾ ਬਿਆਨ। ਇੰਡੀਆ ਅਲਾਇੰਸ ਨੂੰ ਲੈ ਕੇ ਰਾਜਾਵੜਿੰਗ ਨੇ ਬਿਆਨ ਦਰਜ ਕੀਤਾ ਹੈ। ਰਾਜਾਵੜਿੰਗ ਨੇ ਕਿਹਾ ਹੈ ਕਿ ਮੇਰੇ ਕੋਲ ਕੋਈ ਜਾਣਕਾਰੀ ਨਹੀਂ ਹੈ ਕਿ ਅਲਾਇੰਸ ਹੋ ਰਿਹਾ ਹੈ ਜਾਂ ਨਹੀਂ। ਅਜੇ ਤੱਕ ਤਾਂ ਸਾਨੂੰ ਹਾਈ ਕਮਾਨ ਨੇ ਕਿਹਾ ਕਿ 13 ਦੀਆਂ 13 ਲੋਕ ਸਭਾ ਸੀਟਾਂ ਤੇ ਕਾਂਗਰਸ ਚੋਣ ਲੜੂਗੀ ਪੰਜਾਬ ਵਿੱਚ। ਬੀਤੇ ਕੱਲ ਮੀਟਿੰਗ ਵਿੱਚ ਜੋ ਹੋਇਆ ਉਸ ਤੇ ਬੋਲਦੇ ਹੋਏ ਰਾਜਾਵੜਿੰਗ ਨੇ ਕਿਹਾ ਹੈ ਕਿ ਸੋਨੀਆ ਗਾਂਧੀ ਅਤੇ ਸੀਨੀਅਰ ਲੀਡਰਾਂ ਨੂੰ ਫੈਸਲਾ ਕਰਨਾ ਹੈ ਜੋ ਕਰਨਾ ਹੈ। ਸੰਸਦ ਵਿੱਚ ਜੋ ਸੰਸਥਾ ਨੂੰ ਸਸਪੈਂਡ ਕਰ ਦਿੱਤਾ ਹੈ ਉਹ ਤੇ ਬੋਲਦੇ ਹੋਏ ਰਾਜਾਵੜਿੰਗ ਨੇ ਕਿਹਾ ਕਿ ਕਈ ਮੋਦੀ ਸਰਕਾਰ ਦੀ ਡਿਕਟੇਟਰਸ਼ਿਪ ਹੈ। ਮੇਰੇ ਕੋਲ ਕਿਸੇ ਪ੍ਰਕਾਰ ਦੀ ਕੋਈ ਜਾਣਕਾਰੀ ਨਹੀਂ ਹੈ ਕਿ ਅਲਾਇੰਸ ਹੋ ਰਿਹਾ ਕਿ ਨਹੀਂ ਹੋ ਰਿਹਾ। ਇਹ ਮੀਡੀਆ ਚੈਨਲਸ ਮਗਰਲੇ 6 ਮਹੀਨੇ ਤੋਂ ਕਹਿ ਰਹੇ ਨੇ ਅਲਾਇੰਸ ਹੋ ਰਿਹਾ ਨਹੀਂ ਹੋ ਰਿਹਾ। ਜਦ ਵੀ ਮੇਰੇ ਪਾਸ ਕੋਈ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਆਏਗੀ ਜਾਂ ਹਾਈ ਕਮਾਂਡ ਖਰਗੇ ਸਾਹਿਬ ਜਾਂ ਰਾਹੁਲ ਗਾਂਧੀ ਜੀ ਮੈਨੂੰ ਕੁਝ ਆ ਕੇ ਮੈਨੂੰ ਬੁਲਾ ਕੇ ਕੁਝ ਕਹਿਣਗੇ ਤਦ ਮੈਂ ਇਹਦੇ ਬਾਰੇ ਤੁਹਾਨੂੰ ਦੱਸ ਪਾਵਾਂਗਾ। ਬਟ ਹਜੇ ਤੱਕ ਸਾਨੂੰ ਇਹ ਕਿਹਾ ਗਿਆ ਹੈ ਕਿ 13 ਦੀਆਂ 13 ਲੋਕ ਸਭਾ ਸੀਟਾਂ ਦੀ ਤਿਆਰੀ ਕਰੋ, ਸਟ੍ਰੈਟਜੀ ਬਣਾਓ, ਕੋਸਟ ਕੰਬੀਨੇਸ਼ਨ ਨੂੰ ਧਿਆਨ ਰੱਖਦੇ ਹੋਏ ਕਿ ਸਾਰੇ ਲੋਕਾਂ ਨੂੰ ਰਿਪ੍ਰੈਜੈਂਟੇਸ਼ਨ ਮਿਲਣੀ ਚਾਹੀਦੀ ਹੈ। ਸੋ ਉਹਦੇ 'ਤੇ ਮੈਂ ਕੰਮ ਕਰ ਰਿਹਾ। ਸੋ ਪੂਰੀ ਤਿਆਰੀ ਦੇ ਨਾਲ ਕਾਂਗਰਸ ਪਾਰਟੀ ਅੱਜ ਦੀ ਤਰੀਕ ਦੇ ਵਿੱਚ 13 ਦੀਆਂ 13 ਲੋਕ ਸਭਾ ਸੀਟਾਂ ਲੜਨ ਜਾ ਰਹੀ। ਦੇਖੋ ਇਹ ਮੇਰੇ ਸਿਸਟਮ ਤੋਂ ਬਾਹਰ ਦੀ ਗੱਲ ਹੈ। ਇਹ ਸ਼੍ਰੀਮਤੀ ਸੋਨੀਆ ਗਾਂਧੀ ਨੇ ਔਰ ਦੇਸ਼ ਦੇ ਲੋਕਾਂ ਨੇ ਔਰ ਕਾਂਗਰਸ ਪਾਰਟੀ ਦੇ ਸਮੁੱਚੇ ਲੀਡਰਾਂ ਨੇ ਫੈਸਲਾ ਕਰਨਾ ਜਾਂ ਸਾਰੇ ਲੋਕਾਂ ਨੇ। ਸੋ ਇਸ 'ਤੇ ਮੈਂ ਕੋਈ ਟਿੱਪਣੀ ਨਹੀਂ ਕਰ ਸਕਦਾ। ਸੋ ਜੋ ਵੀ ਹੋਏਗਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਜੋ ਹੋਏਗਾ ਉਹ ਸਾਨੂੰ ਮਨਜ਼ੂਰ ਹੋਏਗਾ। ਪਹਿਲੀ ਵਾਰੀ ਇਸ ਤਰ੍ਹਾਂ ਦਾ ਡਿਕਟੇਟਰਸ਼ਿਪ ਦੇ ਵੱਲ ਇਹ ਦੇਸ਼ ਵੱਧ ਰਿਹਾ ਹੈ। ਹਰ ਥਾਂ 'ਤੇ ਜਿਵੇਂ ਕੋਈ ਡਿਕਟੇਟਰ ਕਰਦਾ ਹੈ ਉਸੇ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ। ਆਦਰਨੀਆ ਨਰਿੰਦਰ ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਚੁਣੇ ਹੋਏ ਲੋਕਾਂ ਦੀ ਆਵਾਜ਼ ਦਬਾਉਣ ਵਾਸਤੇ, ਇਹ ਤਾਂ ਸੁਣਿਆ ਸੀ ਕਿ 2 ਸੰਸਦਾਂ ਨੂੰ ਸਸਪੈਂਡ ਕਰਤਾ, 3 ਨੂੰ ਕਰਤਾ, 4 ਨੂੰ ਕਰਤਾ, ਪਰ ਪਹਿਲੀ ਵਾਰੀ ਇਸ ਤਰ੍ਹਾਂ ਕਿ ਸਾਰੀ ਸਮੁੱਚੀ ਓਪੋਜੀਸ਼ਨ ਨੂੰ ਬਾਹਰ ਹੀ ਕੱਢਤਾ। ਇਸ ਤੋਂ ਚੰਗਾ ਇਹ ਤਾਂ ਫਿਰ ਇਲੈਕਸ਼ਨ ਹੀ ਨਾ ਕਰਾਉਣ, ਸਾਨੂੰ ਸੰਸਦ ਬੁਲਾਉਣ ਹੀ ਨਾ, ਜੋ ਮਰਜ਼ੀ ਫੈਸਲੇ ਕਰ ਲੈਣ, ਕਿਉਂਕਿ ਇਸ ਤਰ੍ਹਾਂ ਕਦੇ ਨਹੀਂ ਹੋਇਆ ਦੇਸ਼ ਦੇ ਅੰਦਰ। ਸਭ ਤੋਂ ਭਾਰਤ ਦੀ ਮਿਸਾਲ ਦਿੱਤੀ ਜਾਂਦੀ ਹੈ ਪੂਰੇ ਦੁਨੀਆ ਭਰ ਦੇ ਵਿੱਚ ਕਿ ਇੱਥੋਂ ਦਾ ਜਿਹੜਾ ਲੋਕਤੰਤਰ ਹੈ ਉਹਦੀਆਂ ਗੱਲਾਂ ਕੀਤੀਆਂ ਜਾਂਦੀਆਂ ਸਨ, ਲੇਕਿਨ ਮਗਰਲੇ 9 ਸਾਲਾਂ ਤੋਂ ਜਿਸ ਪ੍ਰਕਾਰ ਫੈਸਲੇ ਆਏ, ਚਾਹੇ ਉਹ GST ਦਾ ਫੈਸਲਾ, ਚਾਹੇ ਉਹ ਨੋਟਬੰਦੀ ਦਾ ਫੈਸਲਾ, ਚਾਹੇ ਧਾਰਾ 370 ਦਾ ਫੈਸਲਾ, ਚਾਹੇ ਸਿਟੀਜ਼ਨ ਬਿੱਲ ਦਾ ਫੈਸਲਾ, ਨਿਰੰਤਰ ਜਿਸ ਪ੍ਰਕਾਰ ਦੇ ਫੈਸਲੇ ਆਉਂਦੇ ਆ ਰਹੇ ਹੈ, ਉਹ ਤੋਂ ਲੱਗਦਾ ਹੈ ਕਿ ਹਿੰਦੁਸਤਾਨ ਡਿਕਟੇਟਰਸ਼ਿਪ ਵੱਲ ਵੱਧ ਰਿਹਾ। ਤੁਸੀਂ ਦੇਖਿਆ ਹੋਣਾ ਏਜੰਸੀਆਂ ਦਾ ਬਹੁਤ ਵੱਡਾ ਰੋਲ ਹੋ ਗਿਆ। ਕੋਈ ਵਿਅਕਤੀ ਅਗਰ ਕੋਈ ਆਵਾਜ਼ ਆਪਣੀ ਕੋਈ ਸਵਾਲ ਕਰਦਾ, ਦੇਖੋ ਉਹਦੇ ਸਵਾਲ 'ਤੇ ਵੀ ਕਿੰਤੂ ਪਰੰਤੂ ਲਾ ਦਿੱਤਾ ਜਾਂਦਾ ਕਿ ਤੁਹਾਨੂੰ
ਕਿਸੇ ਵਿਅਕਤੀ ਵਿਸ਼ੇਸ਼ ਨੇ ਮਜਬੂਰ ਕੀਤਾ ਗਿਆ ਜਾਂ ਕਿਹਾ ਗਿਆ ਇਸ ਸਵਾਲ ਚੱਕਣ ਨੂੰ, ਕਿਸੇ ਨੇ ਕਿਹਾ ਜਾਂ ਨਹੀਂ ਕਿਹਾ, ਇਸ ਗੱਲ ਨਾਲ ਕੀ ਮਤਲਬ ਬਣਦੀ ਹੈ? ਕਿਸੇ ਸੰਸਦ ਨੇ ਸਵਾਲ ਪੁੱਛਿਆ ਔਰ ਤੁਹਾਨੂੰ ਜਵਾਬ ਦੇਣਾ ਚਾਹੀਦਾ ਹੈ? ਆ ਰਹੀ ਇਸ ਤਰ੍ਹਾਂ ਦਾ ਡਿਕਟੇਟਰਸ਼ਿਪ ਦੇ ਵੱਲ ਇਹ ਦੇਸ਼ ਵੱਧ ਰਿਹਾ। ਹਰ ਥਾਂ 'ਤੇ ਜਿਵੇਂ ਕੋਈ ਡਿਕਟੇਟਰ ਕਰਦਾ ਹੈ ਉਸੇ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ। ਆਦਰਨੀ ਨਰਿੰਦਰ ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ, ਚੁਣੇ ਹੋਏ ਲੋਕਾਂ ਦੀ ਆਵਾਜ਼ ਦਬਾਉਣ ਵਾਸਤੇ, ਇਹ ਤਾਂ ਸੁਣਿਆ ਸੀ ਕਿ ਦੋ ਸੰਸਦਾਂ ਨੂੰ ਸਸਪੈਂਡ ਕਰਤਾ, ਤਿੰਨਾਂ ਨੂੰ ਕਰਤਾ, ਚਾਰਾਂ ਨੂੰ ਕਰਤਾ, ਪਰ ਪਹਿਲੀ ਵਾਰੀ ਇਸ ਤਰ੍ਹਾਂ ਕਿ ਸਾਰੀ ਸਮੁੱਚੀ ਓਪੋਜੀਸ਼ਨ ਨੂੰ ਬਾਹਰ ਹੀ ਕੱਢਤਾ। ਇਸ ਤੋਂ ਚੰਗਾ ਇਹ ਤਾਂ ਫਿਰ ਇਲੈਕਸ਼ਨ ਹੀ ਨਾ ਕਰਾਉਣ, ਸਾਨੂੰ ਸੰਸਦ ਬੁਲਾਉਣ ਹੀ ਨਾ, ਜੋ ਮਰਜ਼ੀ ਫੈਸਲੇ ਕਰ ਦੇਣ, ਕਿਉਂਕਿ ਇਸ ਤਰ੍ਹਾਂ ਕਦੇ ਨਹੀਂ ਹੋਇਆ ਦੇਸ਼ ਦੇ ਅੰਦਰ। ਸਭ ਤੋਂ ਭਾਰਤ ਦੀ ਮਿਸਾਲ ਦਿੱਤੀ ਜਾਂਦੀ ਹੈ ਪੂਰੇ ਦੁਨੀਆ ਭਰ ਦੇ ਵਿੱਚ ਕਿ ਇੱਥੋਂ ਦਾ ਜਿਹੜਾ ਲੋਕਤੰਤਰ ਹੈ ਉਹਦੀਆਂ ਗੱਲਾਂ ਕੀਤੀਆਂ ਜਾਂਦੀਆਂ ਸਨ, ਲੇਕਿਨ ਮਗਰਲੇ 9 ਸਾਲਾਂ ਤੋਂ ਜਿਸ ਪ੍ਰਕਾਰ ਫੈਸਲੇ ਆਏ, ਚਾਹੇ ਉਹ GST ਦਾ ਫੈਸਲਾ, ਚਾਹੇ ਉਹ ਨੋਟਬੰਦੀ ਦਾ ਫੈਸਲਾ, ਚਾਹੇ ਧਾਰਾ 370 ਦਾ ਫੈਸਲਾ, ਚਾਹੇ ਸਿਟੀਜ਼ਨ ਬਿੱਲ ਦਾ ਫੈਸਲਾ, ਨਿਰੰਤਰ ਜਿਸ ਪ੍ਰਕਾਰ ਦੇ ਫੈਸਲੇ ਆਉਂਦੇ ਆ ਰਹੇ ਹੈ, ਉਹ ਤੋਂ ਲੱਗਦਾ ਕਿ ਹਿੰਦੁਸਤਾਨ ਡਿਕਟੇਟਰਸ਼ਿਪ ਵੱਲ ਵੱਧ ਰਿਹਾ। ਤੁਸੀਂ ਦੇਖਿਆ ਹੋਣਾ ਏਜੰਸੀਆਂ ਦਾ ਬਹੁਤ ਵੱਡਾ ਰੋਲ ਹੋ ਗਿਆ। ਕੋਈ ਵਿਅਕਤੀ ਅਗਰ ਕੋਈ ਆਵਾਜ਼ ਆਪਣੀ, ਕੋਈ ਸਵਾਲ ਕਰਦਾ, ਦੇਖੋ ਉਹਦੇ ਸਵਾਲ 'ਤੇ ਵੀ ਕਿੰਤੂ ਪਰੰਤੂ ਲਾ ਦਿੱਤਾ ਜਾਂਦਾ ਕਿ ਤੁਹਾਨੂੰ ਕਿਸੇ ਵਿਅਕਤੀ ਵਿਸ਼ੇਸ਼ ਨੇ ਮਜਬੂਰ ਕੀਤਾ ਗਿਆ ਜਾਂ ਕਿਹਾ ਗਿਆ ਇਹ ਸਵਾਲ ਚੱਕਣ ਨੂੰ, ਕਿਸੇ ਨੇ ਕਿਹਾ ਜਾਂ ਨਹੀਂ ਕਿਹਾ, ਇਸ ਗੱਲ ਨਾਲ ਕੀ ਮਤਲਬ ਬਣਦੀ ਹੈ? ਕਿਸੇ ਸੰਸਦ ਨੇ ਸਵਾਲ ਪੁੱਛਿਆ ਔਰ ਤੁਹਾਨੂੰ ਜਵਾਬ ਦੇਣਾ ਚਾਹੀਦਾ ਹੈ। ਲੰਘੀ ਰਾਤ ਗਿੱਦੜ ਬਾਹਾ ਅਤੇ ਨੇੜਲੇ ਪਿੰਡ ਹੁਸਨਰ ਵਿਖੇ ਅਣਪਛਾਤੇ ਚੋਰਾਂ ਨੇ ਕੁੱਲ 7 ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾਉਂਦਿਆਂ ਨਕਦੀ ਅਤੇ ਹੋਰ ਸਮਾਨ ਚੋਰੀ ਕਰ ਲਿਆ। ਚੋਰਾਂ ਵੱਲੋਂ ਚੋਰੀ ਕਰਦਿਆਂ ਹੋਇਆਂ ਕਈ ਜਗ੍ਹਾ 'ਤੇ CCTV ਫੁਟੇਜ ਵੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚੋਰਾਂ ਨੇ ਬਾਬਾ ਗੰਗਾ ਰਾਮ ਸਪੋਰਟਸ ਸਟੇਡੀਅਮ ਦੇ ਨਜ਼ਦੀਕ ਸਥਿਤ ਬਾਂਸਲ ਵਾਈਟ ਹਾਊਸ ਨਾਮੀ ਕੱਪੜੇ ਦੀ ਦੁਕਾਨ ਦੇ ਤਾਲੇ ਤੋੜੇ ਅਤੇ ਉਸੇ ਵਿੱਚੋਂ ਕਰੀਬ 35,000 ਰੁਪਏ ਦੀ ਨਕਦੀ ਅਤੇ ਕੁਝ ਕੱਪੜਾ ਚੋਰੀ ਕਰ ਲਿਆ। ਇਸੇ ਤਰ੍ਹਾਂ ਚੋਰਾਂ ਨੇ ਪ੍ਰਾਚੀਨ ਸ਼੍ਰੀ ਦੁਰਗਾ ਮੰਦਿਰ ਦੇ ਸਾਹਮਣੇ ਸਥਿਤ ਮੱਕੜ ਕਲਾਥ ਹਾਊਸ ਦੇ ਤਾਲੇ ਤੋੜ ਕੇ ਉਸ ਵਿੱਚੋਂ ਕਰੀਬ 25,000 ਰੁਪਏ ਦੀ ਨਕਦੀ ਅਤੇ 35 ਕੰਬਲ ਚੋਰੀ ਕਰ ਲਏ। ਇਸ ਤੋਂ ਬਾਅਦ ਚੋਰਾਂ ਨੇ ਧਰਮਸ਼ਾਲਾ ਚੌਂਕ ਦੀ ਨਕਦੀ ਤੇ ਵਿਖੇ ਸਥਿਤ ਪੰਜਾਬ ਮੈਡੀਕਲ ਹਾਲ ਦੇ ਤਾਲੇ ਤੋੜੇ ਅਤੇ ਉਸ ਵਿੱਚੋਂ ਕਰੀਬ 15,000 ਰੁਪਏ ਦੀ ਭਾਨ ਅਤੇ ਨਕਦੀ ਚੋਰੀ ਕਰ ਲਈ। ਉਕਤ ਦੁਕਾਨਾਂ ਦੀ ਚੋਰੀ ਕਰਨ ਦੇ ਨਾਲ ਨਾਲ ਚੋਰਾਂ ਨੇ ਭਾਰੂ ਗੇਟ ਤੇ ਸਥਿਤ ਬਾਂਸਲ ਗਾਰਮੈਂਟਸ ਦੀ ਦੁਕਾਨ ਦੇ ਤਾਲੇ ਤੋੜ ਕੇ ਕਰੀਬ 1,000 ਰੁਪਏ ਦੀ ਨਕਦੀ ਤੇ ਉਸਦੇ ਨਾਲ ਸਥਿਤ ਗਰਗ ਮੈਡੀਕਲ ਤੋਂ ਕਰੀਬ 5,000 ਰੁਪਏ ਦੀ ਨਕਦੀ ਅਤੇ CCTV ਕੈਮਰੇ ਦਾ DRV ਚੋਰੀ ਕਰਕੇ ਲੈ ਗਏ। ਹਾਂਜੀ ਸਰ, ਕੀ ਨਾਮ ਹੈ? ਮੇਰਾ ਨਾਮ ਚਰਨ ਸਿੰਘ ਹੈ ਜੀ। ਕੀ ਮਾਮਲਾ ਕੀ ਹੋਇਆ ਹੈਗਾ? ਮਾਮਲਾ ਜੀ, ਸੁਬਹ ਮੈਂ ਸ਼ੋਪ 'ਤੇ ਆਇਆ ਜੀ ਅਤੇ ਮੈਂ ਤਾਲੇ ਖੋਲ੍ਹਣ ਲੱਗਿਆ ਜੀ ਅਤੇ ਤਾਲੇ ਪਹਿਲਾਂ ਹੀ ਮੇਰੇ ਭੰਨੇ ਵਿੱਚ ਗਈ ਦੁਕਾਨ ਦੀ। ਮੈਂ ਬ੍ਰਦਰ ਨੂੰ ਫੋਨ ਕੀਤਾ ਕਿ ਮੈਂ ਤੁਸੀਂ ਸਫਾਈ ਤਾਂ ਨਹੀਂ ਕਰਕੇ ਜੀ ਦੁਕਾਨ ਦੀ, ਪਰ ਮੈਂ ਜੋ ਸ਼ਟਰ ਚੁੱਕਿਆ ਜੀ ਉਹਦੇ ਵਿੱਚ ਮੇਰਾ ਸਾਰਾ ਸਮਾਨ ਖਿਲ ਰਿਹਾ ਵਾ ਜੀ। ਦੁਕਾਨ ਦੇ ਗੱਲੇ ਗੁੱਲੇ ਸਾਰੇ ਸਾਈਡ 'ਤੇ ਸਿੱਟੇ ਪਏ ਸੀ, ਜਿਹਦੇ ਵਿੱਚ ਮੇਰਾ ਕੈਸ਼ ਪਿਆ ਸੀਗਾ 25-30 ਹਜ਼ਾਰ ਰੁਪਏ ਅਤੇ ਮੇਰੇ ਘੱਟੋ 30 ਤੋਂ 35 ਕੰਬਲ ਜਿਹੜੇ ਡਬਲ ਬੈੱਡ ਦੇ ਸੀਗੇ ਜੀ, ਹੈਵੀ ਕੰਬਲ, ਉਹ ਮੇਰੇ ਗੈਪ ਸੀ ਜੀ। ਕੋਈ CC ਫੁਟੇਜ ਵਗੈਰਾ ਵੀ ਸਾਹਮਣੇ ਆਈ ਹੈ ਜੀ? ਉਹ ਨਾਲ ਵਾਲੇ ਸ਼ੋਪ ਹੈਗੀ ਜੀ ਮੋਬਾਈਲਾਂ ਦੀ, ਉਹਦੇ ਵਿੱਚ ਇੱਕ ਗੱਡੀ ਆਈ ਹੈ ਜੀ, ਬਰੀਜਾ ਕਾਰ ਮੇਰੀ ਦੁਕਾਨ ਦੇ ਅੱਗੇ ਖੜੀ ਹੈ, ਉਹਦੇ ਵਿੱਚ ਸਾਰੀ ਆਈ ਹੈ। ਕੀ ਮੰਗ ਕੀ ਹੈ, ਡਿਮਾਂਡ ਕੀ ਹੈ ਤੁਹਾਡੀ? ਮੰਗ ਤਾਂ ਵੀਰ ਜੀ ਸਾਡੀ ਇਹੀ ਹੈ ਕਿ ਹਰ 10 ਦਿਨਾਂ ਬਾਅਦ 15 ਦਿਨਾਂ ਬਾਅਦ ਗਿੱਦੜਬਾਹਾ ਮੰਡੀ ਦੇ ਵਿੱਚ ਚੋਰੀ ਹੋਈ ਹੈ, ਜਿਹਦੇ ਵਿੱਚ ਕੋਈ ਕਿਸੇ ਦੀ ਸੁਣਵਾਈ ਹੈ ਨਹੀਂ, ਕੋਈ ਕਿਸੇ ਦੀ ਸੇਫਟੀ ਹੈ ਨਹੀਂ। ਸਾਡੀ ਤਾਂ ਇਹੀ ਮੰਗ ਹੈ ਜੀ ਕਿ ਵੱਧ ਤੋਂ ਵੱਧ ਇਹਦੇ ਪ੍ਰਤੀ ਕਾਰਵਾਈ ਕੀਤੀ ਜਾਵੇ। ਅੱਜ 5 ਚੋਰੀਆਂ ਹੋਈਆਂ ਜੀ ਮੰਡੀ ਦੇ ਵਿੱਚ, ਇਹਦੇ ਪ੍ਰਤੀ ਕੋਈ ਪ੍ਰਸ਼ਾਸਨ ਦਾ ਧਿਆਨ ਹੈ? ਵਿੱਕੀ ਗਰਗ ਹੈ ਜੀ, ਮੈਂ ਗਿੱਦੜਬਾਹਾ ਭਾਰੂ ਚੌਂਕ 'ਚ ਵਿੱਕੀ ਮੈਡੀਕਲ ਹਾਲ ਦੇ ਨਾਮ 'ਤੇ ਕੈਮਿਸਟ ਸ਼ੋਪ ਚਲਾਉਂਦਾ।
ਸਾਡੇ ਅੱਜ ਭਾਰੂ ਚੌਂਕ ਤੋਂ ਲੈ ਕੇ ਇੱਧਰ ਧਰਮਸ਼ਾਲਾ ਚੌਂਕ ਵੱਲ ਨੂੰ ਲਗਾਤਾਰ 4 ਚੋਰੀਆਂ ਹੋਈਆਂ ਜਿਹੜੀਆਂ ਕਿ ਸਾਡੇ ਨੋਟਿਸ 'ਚ ਆਈਆਂ ਅਜੇ ਤੱਕ। ਹੋ ਸਕਦਾ ਕੋਈ ਇੱਕ ਅੱਧੀ ਵੱਧ ਵੀ ਹੋਈ ਹੋਵੇ। ਪਹਿਲਾਂ ਵਿੱਕੀ ਮੈਡੀਕਲ ਹਾਲ 'ਤੇ ਤਾਲੇ ਤੋੜੇ ਚੋਰਾਂ ਨੇ, ਜੋ ਕੁਛ ਸਾਡੇ ਗੱਲਿਆਂ 'ਚ ਪਿਆ ਸੀ ਸਾਰਾ ਕੁਛ ਹੂੰਝ ਕੇ ਲੈ ਗਏ। ਫਿਰ ਉਸ ਤੋਂ ਬਾਅਦ ਗਰਗ ਮੈਡੀਕਲ ਹਾਲ, ਉਸ ਦੇ ਨਾਲ ਹੀ ਬੰਸਲ ਗਾਰਮੈਂਟ ਹੈ, ਅਤੇ ਲਾਸਟ ਚੌਥਾ ਪਤਾ ਲੱਗਿਆ ਪੰਜਾਬ ਮੈਡੀਕਲ ਹਾਲ ਧਰਮਸ਼ਾਲਾ ਚੌਂਕ ਦੇ ਵਿੱਚ। ਇਹ ਸਾਰੇ ਮਤਲਬ ਇੱਕੋ ਇੱਕ 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 ਵਾਰ 'ਚ ਚੋਰਾਂ ਨੇ ਇੱਕੋ ਟਾਈਮ 'ਤੇ ਤਕਰੀਬਨ 5 ਵਜੇ ਦਾ ਟਾਈਮ ਹੈ ਜਿਹਦੇ ਵਿੱਚ ਇਕੱਠੀਆਂ ਚੋਰੀਆਂ ਕੀਤੀਆਂ। ਇਹ ਪੰਜਾਬ ਮੈਡੀਕਲ ਹਾਲ 'ਤੇ ਕੈਮਰਿਆਂ ਦੇ ਵਿੱਚ ਚੋਰ ਆਏ ਹੈ, ਚੌਂਕੀਦਾਰ ਵੀ ਮਗਰ ਪਿਆ ਉਹਨਾਂ ਦੇ, ਪਰ ਉਹਨਾਂ ਦੇ ਹੌਂਸਲੇ ਇੰਨੇ ਕੁ ਜ਼ਿਆਦਾ ਵਧੇ ਹੋਏ ਹੈ ਵੀ ਉਹ ਜਮ੍ਹਾਂ ਬੇਖਬਰ ਹੈ, ਅਤੇ ਪੁਲਿਸ ਪ੍ਰਸ਼ਾਸਨ ਵੀ ਜਮ੍ਹਾਂ ਚੈਨ ਦੀ ਨੀਂਦ ਸੁੱਤਾ ਹੋਇਆ। ਜੇ ਪੁਲਿਸ ਕੋਲ ਜਾਂਦੇ ਹੈ ਤਾਂ ਇੱਕ ਸਿੰਪਲ ਨੰਬਰ ਲਗਾ ਕੇ ਸਾਨੂੰ ਮੋੜ ਦਿੱਤਾ ਜਾਂਦਾ, ਨਾ ਤਾਂ ਕੋਈ ਸਾਡੀ ਰਫਤ ਦਰਜ ਕੀਤੀ ਜਾਂਦੀ ਹੈ, ਨਾ ਕੋਈ ਸਾਨੂੰ ਆਸ਼ਵਾਸਨ ਦਿੱਤਾ ਜਾਂਦਾ, ਅਤੇ ਨਾ ਹੀ ਅੱਜ ਤੱਕ ਜਿੰਨੀਆਂ ਵੀ ਚੋਰੀਆਂ ਹੋਈਆਂ ਕੋਈ ਚੋਰ ਪੁਲਿਸ ਪ੍ਰਸ਼ਾਸਨ ਵੱਲੋਂ ਫੜਿਆ ਗਿਆ। ਮਾਰਕੀਟ ਵੱਲੋਂ ਤਾਂ ਧਰਨਾ ਇਸੇ ਗੱਲ ਦਾ ਹੀ ਦਿੱਤਾ ਗਿਆ ਜੀ ਵੀ ਜੇ ਅਸੀਂ ਆਪਣੀਆਂ ਦੁਕਾਨਾਂ, ਸਾਡਾ ਜਾਨ ਮਾਲ ਸੁਰੱਖਿਅਤ ਹੀ ਹੈ ਨਹੀਂ ਗਾ, ਫਿਰ ਅਸੀਂ ਇੱਥੇ ਮਤਲਬ ਕੀ ਕਰ ਰਹੇ ਹਾਂ? ਕਿੰਨੀ ਕਿੰਨੀ ਦੁਕਾਨਾਂ ਬੰਦ ਕਰਕੇ ਆਪਦਾ ਧਰਨੇ ਤੇ ਬੈਠੇ ਹਾਂ? ਨੁਕਸਾਨ ਕਿੰਨਾ ਹੋਇਆ ਨਕਦੀ ਦਾ ਤੁਹਾਡੀ ਦੁਕਾਨ ਤੇ? ਕਿੰਨਾ ਨੁਕਸਾਨ? ਨੁਕਸਾਨ ਦਾ ਤਾਂ ਜੀ ਅੰਦਾਜ਼ਾ ਇਸ ਗੱਲ ਤੋਂ ਲਾ ਲਓ ਵੀ ਜੋ ਕੁਛ ਸਾਡੇ ਗੱਲਿਆਂ ਦੇ ਵਿੱਚ ਪਿਆ ਸੀ ਉਹ ਸਾਰਾ ਕੁਛ ਲੈ ਗਏ। ਜੇ ਹੁਣ ਉਹ 5000 ਸੀ ਤਾਂ ਵੀ ਲੈ ਜਾਂਦੇ, ਜੇ ਉਹ 50000 ਹੁੰਦਾ ਉਹ ਵੀ ਲੈ ਜਾਂਦੇ। ਜਦੋਂ ਚੋਰਾਂ ਨੇ ਇੱਕ ਚੀਜ਼ ਹੀ ਧਾਰ ਲਈ, ਗੱਲ ਕਰੀਏ ਸਮਾਨ ਵੀ ਲੈ ਕੇ ਗਏ ਆ? ਸਮਾਨ ਵੀ ਥੋੜਾ ਬਹੁਤ ਚੱਕਿਆ ਹੀ ਹੈ ਜੀ, ਬਾਕੀ ਇੰਨਾ ਕੁਛ ਤਾਂ ਦੇਖਿਆ ਹੀ ਨਹੀਂ। DVR ਜਿਵੇਂ ਗਰਗ ਮੈਡੀਕਲ ਹਾਲ ਤੋਂ DVR ਚੋਰੀ ਹੋਇਆ, ਪੰਜਾਬ ਮੈਡੀਕਲ ਹਾਲ ਤੋਂ ਕੁਛ ਦਵਾਈਆਂ ਚੋਰੀ ਹੋਈਆਂ, ਕੁਛ ਕੋਸਮੈਟਿਕ ਦਾ ਸਮਾਨ ਹੈ। ਮਤਲਬ 5-5 ਚੋਰੀਆਂ ਇੱਕ ਟਾਈਮ 'ਚ ਅਗਲੇ ਕਰਨਗੇ ਤਾਂ ਜੀ? ਮਾਰਕੀਟ ਬੰਦ ਕੀਤੀ ਗਈ ਹੈ, ਕਿੰਨਾ ਕੁ ਚਿਰ ਜਿਹੜੀ ਹੈ ਬੰਦ ਰਹੇ ਜੀ? ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਅਸੀਂ ਇੱਥੇ ਧਰਨਾ ਲਾਵਾਂਗੇ ਜੀ। ਸਾਡੀ ਇਹੀ ਮੰਗ ਹੈ ਪੁਲਿਸ ਪ੍ਰਸ਼ਾਸਨ ਤੋਂ, ਸਰਕਾਰ ਤੋਂ, ਪੰਜਾਬ ਸਰਕਾਰ ਤੋਂ ਵੀ ਇਹਨਾਂ ਚੋਰਾਂ ਨੂੰ ਨੱਥ ਪਾਈ ਜਾਵੇ ਅਤੇ ਸਾਨੂੰ ਇਨਸਾਫ ਦਿਵਾਇਆ ਜਾਵੇ। ਤਹਿਸੀਲ ਬਲਾਚੌਰ ਦੇ ਗੜਸ਼ੰਕਰ ਰੋਡ ਸਿਆਣਾ ਵਿਖੇ ਸਥਿਤ ਮੰਗਤ ਰਾਏ ਕਰਿਆਨੇ ਦੀ ਦੁਕਾਨ ਅਤੇ SL ਕੰਪਨੀ ਦੀ ਟਾਇਲ ਸਟੂਡੀਓ, ਇਹਨਾਂ ਦੋਨਾਂ ਦੁਕਾਨਾਂ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਤੇ ਦੋਨਾਂ ਦੁਕਾਨਾਂ ਵਿੱਚ ਚੋਰੀ ਲਗਭਗ ਰਾਤੀ 2:30 ਦੇ ਕਰੀਬ ਕੀਤੀ ਗਈ, ਜਿਸ ਦੀ ਵਾਰਦਾਤ CCTV ਕੈਮਰੇ ਵਿੱਚ ਕੈਦ ਹੋ ਗਈ। ਜੀ ਤੁਹਾਡਾ ਨਾਮ ਕਿਹਾ ਜੀ? ਮੇਰਾ ਨਾਮ ਬਾਲਕ੍ਰਿਸ਼ਨ। ਕਿਹੜੀ ਦੁਕਾਨ ਹੈ ਤੁਹਾਡੀ ਜੀ? ਹਾਂਜੀ, ਮੰਗਦਾ ਜਨਸੰਗ ਸਿਆਣਾ ਜੀ। ਕੀ ਗੱਲਬਾਤ ਹੋਈ, ਪਤਾ ਲੱਗਿਆ ਚੋਰੀ ਦੀ ਵਾਰਦਾਤ ਹੋਈ ਕੱਲ? ਹਾਂਜੀ ਹਾਂਜੀ ਹਾਂਜੀ, ਰਾਤੀ ਹੋਈ ਸੀ। ਰਾਤੀ ਕਿੰਨੇ ਕੁ ਵਜੇ ਵਾਰਦਾਤ ਹੋਈ ਹੈ ਜੀ? ਇਹ ਕੋਈ ਟਾਈਮ ਤਾਂ ਤੁਹਾਨੂੰ ਪਤਾ ਲੱਗੇਗਾ ਜੀ, ਦੇਖਦੇ ਹਾਂ ਕੈਮਰੇ। ਅੱਛਾ ਹਾਂਜੀ ਹਾਂਜੀ। ਕੋਈ CCTV ਵਿੱਚ ਆਏ ਕੋਈ? ਹੁਣ ਦੇਖਦੇ ਜੀ, ਦੇਖ ਕੇ ਤਾਂ ਪਤਾ ਲੱਗੂ ਸਾਰੀ ਗੱਲ। ਦੇਖਦੇ ਪਏ ਜੀ ਲੈ ਤੋਂ। ਤੇ ਕੀ ਨੁਕਸਾਨ ਹੋਇਆ, ਕੀ ਕੀ ਲੈ ਕੇ ਗਏ ਆ? ਨੁਕਸਾਨ ਇੱਕ ਦੇਸੀ ਘਿਓ ਦੀ ਪੇਟੀ ਚਲ ਗਈ ਜੀ, 2 ਪੇਟੀਆਂ ਤੇਲ ਸਰੋਂ ਚਲ ਗਈਆਂ ਜੀ, 6000 ਰੁਪਏ ਨਗਦ ਚਲ ਗਿਆ ਜੀ, 5-7 ਕਿਲੋ ਬਦਾਮਾਂ ਦੀ ਗਿਰੀ ਜੀ, ਅਖਰੋਟ ਗਿਰੀ, ਬਿਸਕੁਟ, ਸਾਬਣ ਵਗੈਰਾ ਇੱਦਾਂ ਲੈ ਗਏ ਜੀ। ਬਾਕੀ ਸਾਡੇ ਕੋਲ ਧਿਆਨ ਵਿੱਚ ਗੱਲ ਨਹੀਂ ਵੀ ਕੀ ਲੈ ਗਿਆ ਕੀ ਨਹੀਂ ਲੈ ਗਿਆ ਜੀ। ਠੀਕ ਹੈ ਹਾਂਜੀ ਹਾਂਜੀ। ਅਤੇ ਕੋਈ ਨਗਦ ਪੈਸੇ? ਹਾਂ, 6000 ਰੁਪਏ ਜੀ ਨਗਦ। 6000 ਹਾਂਜੀ ਹਾਂਜੀ। ਕੀ ਪਹਿਲਾਂ ਵੀ ਚੋਰੀ ਹੋਈ ਹੈ ਕਦੇ? ਸਾਡੇ 5ਵੀਂ ਚੋਰੀ ਹੈ ਜੀ। ਪੁਲਿਸ ਪ੍ਰਸ਼ਾਸਨ ਨੂੰ ਇਤਲਾਹ ਦਿੱਤੀ? ਹਾਂਜੀ ਹਾਂਜੀ ਹਾਂਜੀ। ਕੀ ਮਤਲਬ ਕਰ ਰਹੀ ਕਾਰਵਾਈ ਪੁਲਿਸ? ਕੁਛ ਨਹੀਂ, ਕੋਈ ਕਾਰਵਾਈ ਨਾ ਕੁਛ ਨਹੀਂ ਕੀਤੀ। ਆਏ ਸੀ ਮੌਕੇ 'ਤੇ? ਹਾਂਜੀ ਆਏ ਸੀ, ਆ ਕੇ ਦੇਖ ਕੇ ਚਲ ਗਿਆ, ਮੁੜ ਕੇ ਕੋਈ ਆ ਗਿਆ ਨਾ ਪੁੱਛਿਆ ਗਿੱਛਿਆ ਕਿਸੇ ਨੇ ਕੋਈ। ਸਭ ਤੋਂ ਪਹਿਲਾਂ ਚੋਰੀ ਸਾਡੀ 4 ਲੱਖ ਰੁਪਏ ਦੀ ਹੋਈ ਸੀ, ਫਿਰ 1.5 ਲੱਖ ਦੀ ਹੋਈ ਹੈ, ਫਿਰ 70000 ਰੁਪਏ ਦੀ ਹੋਈ ਹੈ, ਉਹਨੂੰ ਫਿਰ 50-55000 ਦੀ ਹੋਈ ਹੈ, ਅੱਜ 30-35000 ਰੁਪਏ ਦੀ ਅੰਦਾਜ਼ਾ 30 ਦੀ ਆ। ਹੁਣ ਵੱਧ ਘੱਟ ਲੈ ਗਿਆ ਤਾਂ ਸਮਾਨ ਦਾ ਕੋਈ ਪਤਾ ਨਹੀਂ ਜੀ ਕੀ ਲੈ ਗਿਆ। ਕੀ ਕਹਿਣਾ ਚਾਹੁੰਦੇ ਹੋ? ਨਵਾਂ ਸ਼ਹਿਰ ਦੇ ਵਿੱਚ ਜਿੱਦਾਂ ਵਾਰਦਾਤ ਵੱਧ ਰਹੀ ਹੈ, ਬਲਾਚੌਰ ਦੇ ਵਿੱਚ ਵੀ ਵਾਰਦਾਤ ਵੱਧ ਰਹੀ ਹੈ, ਕੀ ਕਹਿਣਾ ਚਾਹੁੰਦੇ? ਹਾਂਜੀ ਹਾਂਜੀ, ਕਾਫੀ ਬਹੁਤ ਵਾਰਦਾਤ ਤਾਂ ਵਧੀ, ਬਹੁਤ ਦੁਨੀਆਂ ਦਾ ਭੈੜਾ ਹਾਲ ਹੈ, ਆਦਮੀ ਕਾਰੋਬਾਰ ਕਰਦੇ ਹਨ ਤਾਂ ਬੜੀ ਦਿੱਕਤ ਹੈ, ਕੌਣ ਮਗ ਮਗਰ ਫਿਰੀ ਜਾਵੇ ਜੀ? ਪੁਲਿਸ ਵੀ ਕੋਈ ਸੁਣਾਈ ਨਹੀਂ ਕੋਈ ਕਰ ਰਹੀ, ਜੇ ਕੋਈ ਸੁਣਾਈ ਕਰੇ ਸੁਣਾਈ ਬਿਲਕੁਲ ਨਹੀਂ ਕਰ ਰਹੀ। 5ਵੀਂ ਵਾਰਦਾਤ ਹੋ ਜਾਏ ਔਰ ਮੇਨ ਚੌਂਕ 'ਚ ਅਸੀਂ ਬੈਠੇ ਹਾਂ, ਪਤਾ ਨਾ ਲੱਗੇ ਜੀ।
ਚੌਕੀਦਾਰ ਵੀ ਅਸੀਂ ਰੱਖਿਆ ਅਤੇ ਅਸੀਂ 10,000 ਰੁਪਏ ਮਹੀਨਾ ਉਹਨਾਂ ਨੂੰ ਭਰਦੇ ਵੀ ਰਹੇ ਹਾਂ ਅਤੇ ਪੈਸੇ ਨਹੀਂ ਇਕੱਠੇ ਹੁੰਦੇ ਸੀ ਅਸੀਂ ਆਪਣੇ ਕੋਲੋਂ 2-3 ਮਹੀਨੇ ਦਿੱਤਾ ਉਹਨਾਂ ਨੂੰ। ਮਹਾਨ ਸ਼ਹੀਦਾਂ ਨੂੰ ਸਮਰਪਿਤ ਸ਼੍ਰੀ ਫਤਿਹਗੜ੍ਹ ਸਾਹਿਬ ਮਾਡਰਨ ਵੈਲੀ ਦੀ ਟੀਮ ਵੱਲੋਂ 13ਵਾਂ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਵਿਧਾਇਕ ਲਖਬੀਰ ਸਿੰਘ ਰਾਏ ਨੇ ਸ਼ਿਰਕਤ ਕੀਤੀ ਅਤੇ ਕਿਹਾ ਕਿ ਖੂਨਦਾਨ ਇੱਕ ਮਹਾਨ ਸੇਵਾ ਹੈ ਜਿਸ ਨਾਲ ਕਿਸੇ ਦੀ ਵੀ ਜਾਨ ਬਚਾਈ ਜਾ ਸਕਦੀ ਹੈ। ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਨੇ ਮਾਡਰਨ ਵੈਲੀ ਵਾਲਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਹੁਤ ਹੀ ਭਲਾਈ ਦਾ ਕੰਮ ਕਰ ਰਹੇ ਹਨ ਤੇ ਮਾਡਰਨ ਵੈਲੀ ਦੇ ਪਰਿਵਾਰ ਵੱਲੋਂ ਤੇਜਵੀਰ ਸਿੰਘ ਨੇ ਦੱਸਿਆ ਕਿ ਇਸ ਵਾਰ ਅਸੀਂ ਪਹਿਲੀ ਵਾਰੀ ਮੈਡੀਕਲ ਕੈਂਪ ਵੀ ਲਗਾਇਆ ਤੇ ਹੱਡੀਆਂ ਦੀ ਜਾਂਚ ਬਾਰੇ ਵੀ ਪਹਿਲੀ ਵਾਰ ਕੈਂਪ ਲਗਾਇਆ ਗਿਆ ਜਿੱਥੇ ਨੌਜਵਾਨਾਂ ਨੇ ਇਸ ਖੂਨਦਾਨ ਕੈਂਪ ਵਿੱਚ ਖੂਨਦਾਨ ਕੀਤਾ ਉੱਥੇ ਔਰਤਾਂ ਨੇ ਵੀ ਵੱਧ ਚੜ ਕੇ ਖੂਨਦਾਨ ਕੈਂਪ ਵਿੱਚ ਹਿੱਸਾ ਲਿਆ ਅਤੇ ਖੂਨਦਾਨ ਕੀਤਾ ਗਿਆ। ਦੇਖੋ ਆਏ ਸਾਲ ਦੀ ਤਰ੍ਹਾਂ ਮਾਡਰਨ ਵੈਲੀ ਦੇ ਹੈਪੀ ਬਾਈ ਤੇਜੀ ਬਾਈ ਇਹ ਆਪਣੇ ਸਾਥੀਆਂ ਨਾਲ ਉਪਰਾਲਾ ਕਰਕੇ ਬਲੱਡ ਡੋਨੇਸ਼ਨ ਕੈਂਪ ਲਾਉਂਦੇ ਹਨ। ਸਾਡੇ ਸਿਆਣੇ ਕਹਿੰਦੇ ਕਿ ਖੂਨਦਾਨ ਮਹਾਂਦਾਨ, ਸਭ ਤੋਂ ਵੱਡਾ ਦਾਨ ਖੂਨਦਾਨ ਹੈ ਕਿਸੇ ਦੀ ਜ਼ਿੰਦਗੀ ਬਚਾਉਣੀ ਹੈ। ਔਰ ਇਹ ਸਾਡੇ ਬਾਬਾ ਜ਼ੋਰਾਵਰ ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰ ਕੌਰ ਨੂੰ ਸਮਰਪਿਤ ਸ਼ਹਾਦਤ ਵਾਲੇ ਦਿਨਾਂ 'ਚ ਇਹ ਕੈਂਪ ਲੱਗਦਾ। ਮੈਂ ਸਮਝਦਾ ਇਹਦੇ ਨਾਲ ਜਿੱਥੇ ਸਾਨੂੰ ਪ੍ਰੇਰਣਾ ਤਾਂ ਮਿਲਦੀ ਹੈ ਕਿ ਅਸੀਂ ਕਿਸੇ ਦੀ ਜਾਨ ਬਚਾਈਏ, ਨਾਲ ਦੀ ਨਾਲ ਜਿਹੜੇ ਲੋਕਾਂ ਨੂੰ ਲੋੜ ਆ ਬਲੱਡ ਦੀ ਉਹ ਵੀ ਪੂਰੀ ਹੁੰਦੀ ਆ। ਮੈਂ ਇਹਨਾਂ ਦਾ ਧੰਨਵਾਦ ਕਰਦਾ ਸਾਰਿਆਂ ਦਾ। ਬਹੁਤ ਵੱਡੀ ਤਾਦਾਦ ਤੁਸੀਂ ਦੇਖਿਆ ਸੰਗਤ ਆਈ ਹੈ ਜਿਹੜੀ ਬਲੱਡ ਡੋਨੇਸ਼ਨ ਦੇ ਰਹੀ ਹੈ, ਨੌਜਵਾਨ ਸਾਡੇ, ਅਤੇ ਨਾਲ ਦੀ ਨਾਲ ਉਹਨਾਂ ਦਾ ਇਹ ਜਿਹੜਾ ਪ੍ਰਬੰਧ ਬਹੁਤ ਵਧੀਆ ਕਰਦੇ ਨੇ। 400 ਯੂਨਿਟ ਤਕਰੀਬਨ ਹੁਣ ਤੱਕ ਹੋ ਗਏ। ਬਹੁਤ ਵੱਡਾ ਇਹ ਕੈਂਪ ਹੁੰਦਾ ਆਏ ਸਾਲ, ਪਿਛਲੇ ਸਾਲ ਆਏ ਸਾਲ ਮੈਂ ਆਉਣਾ। ਹਾਂਜੀ, ਬੜੀ ਖੁਸ਼ੀ ਦੀ ਗੱਲ ਹੈ। ਦੇਖੋ ਚੰਗੇ ਕੰਮ ਕਰਨੇ ਸਮਾਜ ਦੇ ਵਿੱਚ ਉਦਾਹਰਨਾਂ ਬਣਦੀਆਂ ਨੇ। ਸੋ ਇਹ ਜਿਹੜੇ ਸਾਡੇ ਭਰਾ ਨੇ ਬਹੁਤ ਚੰਗਾ ਕੰਮ ਕਰਦੇ ਨੇ, ਇਹ ਇੱਕ ਕਿਸੇ ਦੀ ਜਾਨ ਬਚਦੀ ਹੈ ਬਲੱਡ ਨਾਲ। ਸੋ ਮੈਂ ਇਹਨਾਂ ਦਾ ਧੰਨਵਾਦ ਕਰਦਾ ਕਿ ਬਹੁਤ ਵਧੀਆ, ਸਾਨੂੰ ਹੋਰਾਂ ਨੂੰ ਵੀ ਸਿਖਲਾਇਆ ਲੈਣੀ ਚਾਹੀਦੀ ਹੈ ਕਿ ਜਿਹੜੇ ਇਸ ਤਰ੍ਹਾਂ ਦੇ ਕੰਮ ਕਰੀਏ ਜਿਹੜੇ ਸਮਾਜ ਲਈ ਬਹੁਤ ਫਾਇਦੇਮੰਦ ਹੋਣ। ਫਾਜ਼ਿਲਕਾ ਦੇ ਪਿੰਡ ਵਾਲੇ ਸ਼ਾਹ ਉਤਾਦ ਨੂਰ ਸ਼ਾਹ ਚ ਹੋਈ ਲੜਾਈ ਚ 4 ਜ਼ਖਮੀ ਹੋ ਗਏ ਤੇ ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਫਾਜ਼ਿਲਕਾ ਵਿਖੇ ਦਾਖਲ ਕਰਵਾਇਆ ਗਿਆ। ਦੋਵੇਂ ਧਿਰਾਂ ਇੱਕ ਦੂਜੇ ਤੇ ਗੁੰਡਾਗਰਦੀ ਕਰਨ ਦੇ ਦੋਸ਼ ਲਗਾ ਰਹੀਆਂ ਹਨ। ਇੱਕ ਧਿਰ ਨੇ ਦੱਸਿਆ ਕਿ ਉਹਨਾਂ ਦੇ ਗੁਆਂਢ ਵਿੱਚ ਢਾਣੀ ਦੇ ਰਹਿਣ ਵਾਲੇ ਇੱਕੋ ਪਰਿਵਾਰ ਦੀ ਲੜਕੀ ਨੇ ਉਹਨਾਂ ਦੇ ਲੜਕੇ ਨਾਲ ਕੋਰਟ ਮੈਰਿਜ ਕਰਵਾ ਲਈ ਸੀ, ਜਿਸ ਤੋਂ ਬਾਅਦ ਲੜਕੀ ਦੇ ਪਰਿਵਾਰ ਵਾਲਿਆਂ ਨੇ ਉਹਨਾਂ ਨਾਲ ਰੰਜਿਸ਼ ਰੱਖਣੀ ਸ਼ੁਰੂ ਕਰ ਦਿੱਤੀ। ਕੀਤਾ ਮੇਰੇ ਡੈਡੀ ਦੀ ਦੂਸਰੀ ਦਾਰੂ ਪੀਤੀ ਹੋਈ ਸੀ ਅਤੇ ਉਹ ਰੋਡ 'ਤੇ ਜਾ ਖੜੋ ਰਿਹਾ ਸੀ ਅਤੇ ਉਦੋਂ ਉਹਨਾਂ ਦੇ ਵੀ ਬੰਦੇ ਸੀ 30-40 ਜਣੇ ਅਤੇ ਉਹ ਆ ਕੇ ਅਤੇ ਉਹਦੇ ਗਲ ਪੈ ਗਏ ਨੇ, ਉਹਨਾਂ ਦੀ ਪੀਤੀ ਹੋਈ ਸੀ ਅਤੇ ਮੈਂ ਛਡਾਉਣ ਚਲਾ ਗਿਆ ਸੀ ਅਤੇ ਇਸ ਕਰਕੇ ਉਹਨਾਂ ਨੇ ਕੋਲ ਹਥਿਆਰ ਸੀ ਅਤੇ ਮੇਰੇ 'ਤੇ ਵਾਰ ਕੀਤਾ ਉਹਨੇ ਅਤੇ ਮੈਨੂੰ ਇੱਥੇ ਕਿਰਪਾਨ ਮਾਰੀ ਨੇ। ਨਹੀਂ ਸਾਰੇ ਕੰਮ ਨਹੀਂ ਹੋਇਆ, ਉਹ ਉਲਟਾ ਸਗੋਂ ਸਾਡੇ ਘਰ ਗਏ ਆ ਮਾਰਨ, ਸਾਨੂੰ ਸਾਡੇ 'ਤੇ ਹਮਲਾ ਕੀਤਾ ਨੇ, ਸਾਡੇ ਘਰੇ ਗੇਟ ਗੁੱਟ ਤੋੜ ਆਏ ਨੇ, ਕੰਧਾ ਕੁੰਧਾ ਤੋੜ ਆਏ ਨੇ। ਉਹ ਹੈਗੇ ਸੀ 30-40 ਜਣਾ ਉਹ ਸੀ, ਇਹ ਪਹਿਲਾਂ ਸਰ ਕੋਈ ਹੈਗੀ ਸੀ ਲੜਾਈ, ਉਸ ਤੋਂ ਬਾਅਦ ਉਹ ਤਾਂ ਸਰ ਹੈ ਹੀ ਨਹੀਂ, ਉਹ ਤਾਂ ਨਿਬੜ ਹੀ ਗਿਆ, ਉਹ ਤਾਂ ਕਲੀਅਰ ਹੋ ਗਿਆ ਸਰ। ਉਹ ਰੋਪ ਸਾਰੇ ਝੂਠੇ ਆ ਸਰ, ਕੋਈ ਅਸੀਂ ਹਮਲਾ ਨਹੀਂ ਕੀਤਾ, ਕੋਈ ਕੁਝ ਨਹੀਂ ਕੀਤਾ, ਉਲਟਾ ਉਹ ਆ ਕੇ ਗੱਲ ਪਾਇਆ ਸਾਡੇ ਸਾਡੇ ਦੋ ਜਣੇ ਦਾਖਲ ਆ ਜੀ, ਮੈਨੂੰ ਇੱਥੇ ਲੱਗੀ ਆ ਜੀ ਕਿਰਪਾਨ ਮਾਰੀ ਨੇ। ਹੋਰ ਆ ਮੇਰੀ ਚਾਚੀ ਹੈਗੀ ਆ, ਉਹਨਾਂ ਨੂੰ ਉਹਦੇ ਬੱਖੇ ਪਏ ਸੀ ਸਰ, ਵਾਲ ਵੁਲ ਉਹਦੇ ਖਲਾਰ ਦਿੱਤੇ ਨੇ, ਕੱਪੜੇ ਪਾੜਦੇ ਨੇ। ਨਹੀਂ ਨਹੀਂ ਸਰ, ਕੋਈ ਗੱਲ ਨਹੀਂ ਪਿਆ, ਕੋਈ ਕੁਛ ਨਹੀਂ, ਫਿਰ ਸਾਰੇ ਝੂਠੇ ਨਾਂ ਦੇ ਰੋਪ ਆ। ਗੱਲ ਰਾਤ ਨੂੰ ਸਾਡੇ ਗੁਆਂਢੀਆਂ ਨੇ ਸਾਡੇ 'ਤੇ ਹਮਲਾ ਕਰਤਾ ਸੀਗਾ, ਸਾਡੇ ਸਿਰਫ ਪਰਿਵਾਰ ਦੇ ਮੈਂਬਰ 7 ਸੀਗੇ ਘਰੇ, ਅਤੇ ਉਹ ਇੱਕ ਪੁੱਟਾ ਗੁਰਨਾਮ ਸਿੰਘ ਪੁੱਟੀ ਅਤੇ ਸਤਪਾਲ ਸਿੰਘ ਬੱਬੂ ਅਤੇ ਪਰਮਜੀਤ ਸਿੰਘ ਪਿਤਾ ਦਾ ਨਾਂ ਆਨੰਦ ਸਿੰਘ, ਉਹਨਾਂ ਨੇ ਸਾਡੇ 'ਤੇ ਹਮਲਾ ਕਰਤਾ। ਉਹ ਰਾਸਤੇ ਵਿੱਚ ਹੀ ਕਿਰਪਾਨਾਂ ਤਲਵਾਰਾਂ ਲੈ ਕੇ ਆਏ ਅਤੇ ਬਹੁਤ ਅਸ਼ਰ ਪਾਉਂਦੇ ਸੀ,
ਅਤੇ ਰੌਲਾ ਪਾ ਪਾ ਕੇ ਲਲਕਾਰਾ ਮਾਰਦੇ ਸੀਗੇ, ਕਹਿੰਦੇ ਸੀ ਇਹਨਾਂ ਦੀ ਕੁੜੀਆਂ ਨੂੰ ਖਿੱਚ ਲਓ ਖਿੱਚ ਲਓ। ਫਿਰ ਬਾਕੀ ਤਾਂ ਮੇਰੀ ਸਿਸਟਰ ਇੱਕ ਉਹਰੇ ਗਈ ਸੀ, ਉਹ ਤਾਂ ਭੱਜ ਗਿਆ ਸੀ, ਪਰ ਮੈਂ ਹੱਥੇ ਆਈ, ਮੈਨੂੰ ਉਹਨਾਂ ਨੇ ਗੇਟ ਵਿੱਚੋਂ ਖਿੱਚਿਆ ਅਤੇ ਮੇਰੇ ਬਹੁਤ ਬੁਰਾ ਹਾਲ ਕੀਤਾ। ਉਹਨਾਂ ਨੇ ਮੇਰੇ ਉੱਪਰ ਡਾਂਗਾ ਸੋਟੇ ਜੋ ਵੀ ਉਹਨਾਂ ਕੋਲ ਰਾੜਾ ਸੀ ਉਹਨਾਂ ਨੇ ਹਮਲਾ ਕੀਤਾ। ਉੱਪਰੋਂ ਮੇਰੀ ਮੰਮੀ ਆ ਗਈ, ਮੇਰੀ ਮੰਮਾ ਨੇ ਮੇਰੀ ਬਚਾਅ ਕੀਤਾ ਜਿੱਦਾਂ ਵੀ ਹੋ ਸਕਿਆ। ਮੇਰੇ ਲੱਤ 'ਤੇ ਵੱਜੀ ਆ, ਮੇਰੇ ਸਾਰੇ ਸਰੀਰ 'ਤੇ। ਆਜ਼ਾਦ ਜਰਨਲਿਸਟ ਪ੍ਰੈਸ ਕਲੱਬ ਦੀ ਮੀਟਿੰਗ ਹਰ ਮਹੀਨੇ ਦੀ ਤਰ੍ਹਾਂ ਅੱਜ ਵੀ ਪ੍ਰਧਾਨ ਕਿਸ਼ੋਰ ਰਾਜਪੂਤ, ਡਾਕਟਰ ਐਚ ਐਸ ਬਾਵਾ, ਸੀਨੀਅਰ ਪੱਤਰਕਾਰ ਨਰੇਸ਼ ਕੱਤ, ਸੀਨੀਅਰ ਕ੍ਰਾਈਮ ਰਿਪੋਰਟਰ ਵਿਕਰਾਂਤ ਪ੍ਰਭਾਕਰ ਦੀ ਦੇਖਰੇਖ ਵਿੱਚ ਕਪੂਰਥਲਾ ਪ੍ਰੈਸ ਕਲੱਬ ਵਿੱਚ ਹੋਈ, ਜਿਸ ਵਿੱਚ ਵੱਖ ਵੱਖ ਮੁੱਦਿਆਂ 'ਤੇ ਗੱਲਬਾਤ ਕੀਤੀ ਗਈ। ਮੀਟਿੰਗ ਵਿੱਚ ਦਰਨੇਸ਼ ਚੰਦਰ ਪ੍ਰਭਾਕਰ, ਰੋਹਿਤ ਸੰਗਰ, ਮਦਨ ਲਾਲ, ਅਮਿਤ ਮਹਿਰਾ, ਪਵਨ ਕੁਮਾਰ, ਬਲਜੀਤ ਕਾਂਚਲੀ ਅਤੇ ਹੋਰ ਵੀ ਵੱਖ ਵੱਖ ਅਖਬਾਰਾਂ ਅਤੇ ਨਿਊਜ਼ ਚੈਨਲਾਂ ਦੇ ਰਿਪੋਰਟਰ ਵੀ ਮੌਜੂਦ ਸਨ ਅਤੇ ਪ੍ਰੈਸ ਰਿਪੋਰਟਰਾਂ ਨੇ ਆਪਣੇ ਆਪਣੇ ਵਿਚਾਰ ਰੱਖੇ। ਪ੍ਰਧਾਨ ਕਿਸ਼ੋਰ ਰਾਜਪੂਤ ਨੇ ਦੱਸਿਆ ਕਿ ਪੱਤਰਕਾਰ ਸਰਕਾਰ ਦਾ ਚੌਥਾ ਥੰਮ ਮੰਨਿਆ ਗਿਆ ਹੈ। ਪ੍ਰਧਾਨ ਕਿਸ਼ੋਰ ਰਾਜਪੂਤ ਨੇ ਇਹ ਵੀ ਦੱਸਿਆ ਕਿ ਪੱਤਰਕਾਰ ਹਰ ਵਕਤ ਆਪਣੇ ਫਰਜ਼ ਲਈ ਤਿਆਰ ਰਹਿੰਦੇ ਹਨ ਤੇ ਪੱਤਰਕਾਰ ਦਿਨ ਰਾਤ ਨਹੀਂ ਦੇਖਦੇ। ਕਈ ਜਗ੍ਹਾ ਪੱਤਰਕਾਰ ਨਾਲ ਵੀ ਗਲਤ ਵਿਵਹਾਰ ਕੀਤਾ ਜਾਂਦਾ ਹੈ ਕਿ ਜੋ ਕਿ ਸਾਨੂੰ ਮਨਜ਼ੂਰ ਨਹੀਂ ਹੈ। ਅੱਜ ਦਾ ਵੀ ਮੁੱਦਾ ਇਹੀ ਸੀਗਾ ਕਿ ਅਸੀਂ ਵਿਭਿੰਨ ਮੁੱਦਿਆਂ ਤੇ ਚਰਚਾ ਕੀਤੀ ਆ। ਡਾਕਟਰ ਬਾਵਾ ਜੀ ਨੇ ਕਈਆਂ ਗੱਲਾਂ ਤੇ ਚਾਨਣਾ ਪਾਇਆ ਵਾ, ਔਰ ਕੁਛ ਪਿਛਲੇ 2-3 ਮਹੀਨੇ ਤੇ ਸਾਡੇ ਜਿਹੜੇ ਕਲੱਬ ਹੈਗਾ ਆਜ਼ਾਦ ਜਰਨਲਿਸਟ ਪ੍ਰੈਸ ਕਲੱਬ, ਬਹੁਤ ਸਾਰੀਆਂ ਅਖਬਾਰਾਂ ਦੇ ਜਿਹੜੇ ਪੱਤਰਕਾਰ ਹੈ, ਚੈਨਲਾਂ ਦੇ ਪੱਤਰਕਾਰ ਹੈ, ਸਾਨੂੰ ਸਾਡੇ ਤੱਕ ਪਹੁੰਚ ਕਰ ਰਿਹਾ, ਬਾਵਾ ਜੀ ਤੱਕ, ਸਾਡੇ ਸੀਨੀਅਰ ਪੱਤਰਕਾਰ ਹੈ ਬਲਜੀਤ ਕਾਂਜਲੀ, ਕਿ ਸਾਨੂੰ ਸ਼ਾਮਿਲ ਕਰੋ। ਤੋ ਮੈਂ ਸਾਰੇ ਸਾਥੀਆਂ ਨੂੰ ਆਪਣੇ ਚੈਨਲ ਰਾਹੀਂ ਸੰਦੇਸ਼ ਦੇਣਾ ਚਾਹੁੰਦਾ ਵਾਂ ਕਿ ਸਾਡੇ ਦਰਵਾਜ਼ੇ ਜਿਹੜੇ ਉਹ 24 ਘੰਟੇ ਖੁੱਲ੍ਹੇ, ਕੋਈ ਵੀ ਪੱਤਰਕਾਰ ਸਾਡੇ 'ਚ ਸ਼ਾਮਿਲ ਹੋ ਸਕਦਾ ਵਾ। ਪਰ ਉਹਦੇ ਵਿੱਚ ਸ਼ਰਤ ਇਹ ਕਿ ਸਾਡੀ ਇੱਕ 5 ਮੈਂਬਰੀ ਸਕਰੀਨ ਕਮੇਟੀ ਬਣੀ ਹੋਈ ਆ ਪਿਛਲੇ ਕਈਆਂ ਸਾਲਾਂ ਤੋਂ, ਉਹਦੇ ਜਿਹੜੇ ਮੁੱਖ ਹੈਗੇ ਡਾਕਟਰ ਐਚ ਐਸ ਬਾਵਾ, ਬਾਕੀ 4 ਮੈਂਬਰ ਆ ਸਾਡੇ, ਇਹਨਾਂ ਕੋਲ ਐਪਲੀਕੇਸ਼ਨ ਦਿੱਤੀ ਜਾਵੇ। ਐਪਲੀਕੇਸ਼ਨ ਦੇ ਵਿੱਚ ਫਿਰ ਮੀਟਿੰਗ 'ਚ ਵਿਚਾਰ ਵਟਾਂਦਰਾ ਹੁੰਦਾ ਕਿ ਕਿਹੜੇ ਪੱਤਰਕਾਰ ਨੂੰ ਅਸੀਂ ਸ਼ਾਮਿਲ ਕਰਨਾ ਹੈ। ਅਸੀਂ ਕੋਸ਼ਿਸ਼ ਇਹ ਕਰਦੇ ਹਾਂ ਕਿ ਅਸੀਂ ਆਪਣੀ ਯੂਨੀਅਨ 'ਚ, ਆਪਣੀ ਸੰਸਥਾ 'ਚ ਉਹੀ ਪੱਤਰਕਾਰ ਸ਼ਾਮਿਲ ਕਰਦੇ ਹਾਂ ਜਿਹੜਾ ਬੇਦਾਗ ਹੋਵੇ, ਜਿੱਥੇ ਕੋਈ ਦਾਗ ਨਾ ਲੱਗਾ ਹੋਵੇ, ਜਿੱਥੇ ਕੋਈ ਬਲੈਕਮੇਲਿੰਗ ਦਾ ਜਾਂ ਹੋਰ ਕੋਈ ਧਾਬਾ ਨਾ ਹੋਵੇ। ਸੋ ਮੈਂ ਜਿੰਨੇ ਵੀ ਕੋਈ ਪੱਤਰਕਾਰ ਕਿਸੇ ਵੀ ਚੈਨਲ ਦੇ, ਸਾਨੂੰ ਇਹ ਨਹੀਂ ਹੈਗਾ ਕਿ ਕੋਈ ਪੰਜਾਬੀ ਹੈ, ਹਿੰਦੀ ਹੈ, ਸਾਨੂੰ ਅਖਬਾਰਦਾਰਾਂ ਨਾਲ ਕੋਈ ਮਤਲਬ ਕੋਈ ਛੋਟੀ ਹੈ ਵੱਡੀ ਹੈ। ਬਾਵਾ ਜੀ ਬਾਰ ਬਾਰ ਆਪਣੇ ਸੰਦੇਸ਼ ਕਹਿੰਦੇ ਆ ਅਖਬਾਰ ਕੋਈ ਛੋਟੀ ਵੱਡੀ ਨਹੀਂ ਹੁੰਦੀ, ਸਾਡਾ ਕੰਮ ਕਰਨ ਦਾ ਤਰੀਕਾ ਹੋਣਾ ਚਾਹੀਦਾ, ਆਪਣੇ ਕੰਮ ਕਰਨ ਦੇ ਤਰੀਕੇ 'ਚ ਆਪਾਂ ਲੋਕਾਂ ਦੇ ਵਿੱਚ ਕਿੱਦਾਂ ਆਪਣੇ ਆਪਣੀ ਪਹਿਚਾਣ ਬਣਾਉਣੀ ਹੈ, ਇਹਦਾ ਸਾਨੂੰ ਤਰੀਕਾ ਹੋਣਾ ਚਾਹੀਦਾ ਵਾ। ਅਖਬਾਰ ਕੋਈ ਛੋਟੀ ਵੱਡੀ ਨਹੀਂ ਹੁੰਦੀ। ਸੋ ਮੈਂ ਇਹਨਾਂ ਸ਼ਬਦਾਂ ਦੇ ਨਾਲ ਹੀ ਅੱਜ ਜਿੰਨੇ ਵੀ ਸਾਡੇ ਸਾਥੀ ਪੱਤਰਕਾਰ ਆਏ ਆ, ਵਿੱਚ ਆਪਣੇ ਬੀਬੀ ਉਦੋਂ ਬੈਠੀਆਂ, ਅੰਮ੍ਰਿਤ ਕੌਰ, ਹਰਵਿੰਦਰ ਕੌਰ, ਸਾਰਿਆਂ ਨੂੰ ਵਧਾਈ ਦਿੰਦਾ ਵਾਂ। ਸੋ ਸਾਰਿਆਂ ਨੂੰ ਮੈਂ ਪੱਤਰਕਾਰਾਂ ਨੂੰ ਕਹਿੰਦਾ ਕਿ ਆਪਣੇ ਫੀਲਡ 'ਚ ਵੱਧ ਚੜ੍ਹ ਕੇ ਕੰਮ ਕਰਨ, ਔਰ ਕਿਸੇ ਵੀ ਕਿਸਮ ਦੀ ਬਹਿਸਬਾਜ਼ੀ ਤੋਂ ਜਾਂ ਹੋਰ ਕਿਸੇ ਤਕਰਾਰ ਤੋਂ ਗੁਰੇਜ਼ ਕਰਨ। ਜੈ ਹਿੰਦ, ਸਤਿ ਸ੍ਰੀ ਅਕਾਲ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਕਰ ਰੰਗਲਾ ਪੰਜਾਬ ਬਣਾਉਣ ਦਾ ਦਾਅਵਾ ਕੀਤਾ ਗਿਆ ਸੀ, ਜਿਸ ਦੇ ਚੱਲਦਿਆਂ ਪੰਜਾਬ ਪੁਲਿਸ ਵੱਲੋਂ ਕਈ ਥਾਈਂ ਛਾਪੇਮਾਰੀ ਕਰ ਨਸ਼ਾ ਤਸਕਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਤੇ ਛਾਪੇਮਾਰੀ ਲਗਾਤਾਰ ਜਾਰੀ ਹੈ। ਅੱਜ ਵੀ ਇਸ ਆਪਰੇਸ਼ਨ ਤਹਿਤ ਪਠਾਨਕੋਟ ਪੁਲਿਸ ਨੇ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚ ਸਰਚ ਅਭਿਆਨ ਚਲਾਇਆ ਤੇ ਲੋਕਾਂ ਦੇ ਘਰਾਂ ਦੀ ਤਲਾਸ਼ੀ ਲਈ ਗਈ ਤੇ ਜੇਕਰ ਕੋਈ ਵੀ ਸ਼ੱਕੀ ਸ਼ਖਸ ਦਿਖਿਆ ਤਾਂ ਉਸਨੂੰ ਬਰੀਕੀ ਨਾਲ ਪੁੱਛਗਿੱਛ ਕੀਤੀ ਗਈ ਹੈ। ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਮਾਨਯੋਗ ਐਸ ਐਸ ਪੀ ਪਠਾਨਕੋਟ ਸ਼੍ਰੀ ਦਲਜਿੰਦਰ ਸਿੰਘ ਜੀ ਢਿੱਲੋਂ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਆਪਾਂ ਰੈਗੂਲਰਲੀ ਨਸ਼ਿਆਂ ਦੇ ਖਿਲਾਫ਼ ਜਿਹੜਾ ਉਹ ਆਪਣੀ ਮੁਹਿੰਮ ਛੇੜੀ ਹੋਈ ਹੈ। ਇਸੇ ਦੇ ਮੱਦੇਨਜ਼ਰ ਜਿਹੜਾ ਅੱਜ ਆਪਾਂ ਕੈਸੋ ਕੀਤਾ ਸੀ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 2 ਦੇ ਏਰੀਏ 'ਚ, ਜਿਹਦੇ ਵਿੱਚ ਮਾਡਲ ਟਾਊਨ ਦਾ ਏਰੀਆ ਸੀ ਅਤੇ 4 ਮਰਲੇ ਕੁਆਟਰਸ ਦਾ ਏਰੀਆ ਸੀ ਅਤੇ ਹੋਰ ਉਹਦੇ
ਸਰਾਊਂਡਿੰਗ ਏਰੀਆ ਸੀ। ਇਸ ਦੇ ਵਿੱਚ ਆਪਾਂ ਸਵੇਰੇ ਅਰਲੀ ਮੋਰਨਿੰਗ ਤਕਰੀਬਨ 5 ਵਜੇ ਜਿਹੜਾ ਆਪਣਾ ਉਹ ਜਿਹੜੇ ਅੰਦਰ ਉਸ ਏਰੀਏ ਨੂੰ ਅੰਦਰ ਜਾਣ ਵਾਲੇ ਰੋਡ ਸੀ ਉੱਥੇ ਨਾਕੇ ਲਗਾਏ ਸੀ ਅਤੇ ਅਰਲੀ ਮੋਰਨਿੰਗ ਤੋਂ ਆਪਾਂ ਚੈਕਿੰਗ ਸਟਾਰਟ ਕਰਤੀ ਸੀ ਤਾਂ ਕਿ ਕੋਈ ਵੀ ਇਸ ਤਰ੍ਹਾਂ ਦਾ ਕੋਈ ਬੰਦਾ ਜਾਂ ਸ਼ੱਕੀ ਬੰਦਾ ਕੋਈ ਉੱਧਰ ਨੂੰ ਜਾਂਦਾ ਉਹਦੀ ਆਪਾਂ ਚੈਕਿੰਗ ਕਰ ਸਕੀਏ। ਅਤੇ ਦੂਸਰਾ ਜਿਹੜੇ ਬੰਦੇ ਉੱਥੇ ਜਿਨ੍ਹਾਂ 'ਤੇ ਮੁਕੱਦਮੇ ਦਰਜ ਹੈ, ਕਈਆਂ 'ਤੇ 2 ਮੁਕੱਦਮੇ, ਕਈਆਂ 'ਤੇ 2 ਤੋਂ ਵੀ ਜ਼ਿਆਦਾ, ਕਈਆਂ 'ਤੇ 1 ਮੁਕੱਦਮਾ ਵੀ ਹੈ ਬਟ ਉਹ ਸ਼ੱਕੀ ਹੈ, ਫਿਰ ਸਾਰਿਆਂ ਦੀ ਜਿਹੜੀ ਆਪਾਂ ਉਹ ਗਹਿਣ ਚੈਕਿੰਗ ਕੀਤੀ ਸੀ। ਇਹਦਾ ਮੇਨ ਉਦੇਸ਼ ਇਹੀ ਹੈ ਕਿ ਵੀ ਆਪਾਂ ਸ਼ਹਿਰ 'ਚ ਲੋਕਾਂ 'ਚ ਕੌਨਫੀਡੈਂਸ ਬਿਲਟਅਪ ਕਰਨਾ ਚਾਹੁੰਦੇ ਹਾਂ ਕਿ ਜਿਹੜੀ ਪੁਲਿਸ ਹੈ ਉਹ ਜਿਹੜੇ ਮਾੜੇ ਅਨਸਰ ਉਹਨਾਂ ਦੇ ਲਗਾਤਾਰ ਖਿਲਾਫ਼ ਕੰਮ ਕਰ ਰਹੀ ਹੈ ਅਤੇ ਜਿਹੜੇ ਬੰਦੇ ਨਸ਼ਿਆਂ ਨੂੰ ਵੇਚਣ 'ਚ ਇਨਵੋਲਵ ਹੈ, ਜਿਹੜੇ ਬੰਦੇ ਅਦਰਵਾਈਜ਼ ਲੜਾਈ ਝਗੜੇ 'ਚ ਇਨਵੋਲਵ ਹੈ, ਉਹਨਾਂ 'ਤੇ ਲਗਾਤਾਰ ਆਪਾਂ ਦਬਿਸ਼ ਰੱਖੀ ਹੈ ਸ਼ਹਿਰ 'ਚ ਤਾਂ ਕਿ ਉਹਨਾਂ ਨੂੰ ਇੱਕ ਮੈਸੇਜ ਜਾਂਦਾ ਰਹੇ ਕਿ ਜਿਹੜੀ ਪੁਲਿਸ ਉਹਨਾਂ 'ਤੇ ਮਗਰ ਲੱਗੀ ਹੈ ਅਤੇ ਅਗਰ ਉਹ ਆਪਣੇ ਕੰਮ ਤੋਂ ਨਹੀਂ ਟਲਣਗੇ ਤਾਂ ਆਪਾਂ ਕੰਟੀਨਿਊਸਲੀ ਜਿਹੜਾ ਉਹਨਾਂ ਨੂੰ ਜਿਹੜੇ ਉਹਨਾਂ ਦੇ ਜਿਹੜੇ ਘਰਾਂ 'ਚ ਜਾਂ ਉਹਨਾਂ ਦੇ ਜਿਹੜੀ ਠਾਰ ਆ ਜਿੱਥੇ ਉਹ ਰਹਿੰਦੇ ਆ ਉੱਥੇ ਆਪਾਂ ਚੈਕਿੰਗ ਕਰਾਂਗੇ। ਇਹ ਸਿਰਫ ਇਹ ਮੈਸੇਜ ਲਈ ਹੈ ਕਿ ਵੀ ਆਪਾਂ ਜਿਹੜਾ ਕ੍ਰਾਈਮ ਤੋਂ ਪਰਹੇਜ਼ ਕਰੀਏ ਅਤੇ ਸਮਾਜ 'ਚ ਬਿਲਕੁਲ ਇੱਕ ਚੰਗੇ ਸਮਾਜ ਦੇ ਜਿਹੜੇ ਮੈਂਬਰ ਬਣ ਕੇ ਆਪਣੇ ਸ਼ਹਿਰ ਦੀ ਜਿਹੜੀ ਤਰੱਕੀ 'ਚ ਹਿੱਸਾ ਪਾਈਏ ਕਿ ਨਾ ਕਿ ਆਪਾਂ ਗਲਤ ਕੰਮਾਂ 'ਚ ਇਨਵੋਲਵ ਹੋਈਏ ਅਤੇ ਕ੍ਰਾਈਮ ਕਰੀਏ। ਅਤੇ ਅੱਗੇ ਵੀ ਜਿਹੜੀ ਹੈ ਆਪਣੀ ਪਠਾਨਕੋਟ ਪੁਲਿਸ ਇਹ ਮੁਹਿੰਮ ਜਾਰੀ ਰੱਖੂਗੀ, ਅਲੱਗ ਅਲੱਗ ਏਰੀਆਜ਼ 'ਚ ਆਪਾਂ ਨਸ਼ਿਆਂ ਦੇ ਖਿਲਾਫ਼ ਜਿਹੜੀ ਹੈ ਇਸ ਤਰੀਕੇ ਦੀ ਮੁਹਿੰਮ ਜਾਰੀ ਰੱਖਾਂਗੇ, ਸਰਚਿਸ ਕਰਦੇ ਰਹਾਂਗੇ ਅਤੇ ਸ਼ੱਕੀ ਬੰਦਿਆਂ ਨੂੰ ਚੈੱਕ ਵੀ ਕਰਦੇ ਰਹਾਂਗੇ ਤਾਂ ਕਿ ਸ਼ਹਿਰ 'ਚ ਅਮਨ ਸ਼ਾਂਤੀ ਬਣੀ ਰਹੇ ਅਤੇ ਨਸ਼ਿਆਂ ਦੇ ਉੱਪਰ ਨੱਥ ਪੈ ਸਕੇ। ਪੰਜਾਬ ਵਿੱਚ ਚੋਰਾਂ ਦੇ ਹੌਸਲੇ ਦਿਨ ਪ੍ਰਤੀ ਦਿਨ ਬੁਲੰਦ ਹੁੰਦੇ ਜਾ ਰਹੇ ਹਨ। ਆਏ ਦਿਨ ਹੀ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ ਚੋਰ। ਸੰਗਰੂਰ ਵਿੱਚ ਚੋਰਾਂ ਨੇ ਇੱਕੋ ਰਾਤ ਵਿੱਚ 3 ਵੱਖ-ਵੱਖ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਇਆ। ਬੀਤੇ ਦਿਨੀ ਚੋਰਾਂ ਵੱਲੋਂ ਇੱਕ ਕਰੋਕਰੀ ਦੀ ਦੁਕਾਨ ਦੇ ਬਾਹਰ ਪਿਆ ਮਿਕਸਰ ਚੱਕ ਲਿਆ ਗਿਆ ਅਤੇ ਇੱਕ ਕਾਰ ਦੇ 4 ਟਾਇਰ ਚੋਰੀ ਕਰ ਉਸ ਨੂੰ ਟਾਇਰਾਂ ਉੱਤੇ ਖੜਾ ਕਰ ਦਿੱਤਾ ਗਿਆ ਅਤੇ ਇੱਕ ਘਰ ਦੇ ਵਿੱਚੋਂ ਇਸ ਕਦਰ ਚੋਰੀ ਕੀਤੀ ਗਈ ਕਿ ਰਸੋਈ ਵਿੱਚ ਵਰਤੇ ਜਾਣ ਵਾਲੇ ਮਸਾਲੇ ਤੱਕ ਵੀ ਨਹੀਂ ਛੱਡੇ। ਫੋਟੋ ਆਈ ਸੀਗੀ ਸਾਡੇ ਗੁਆਂਢੀਆਂ ਨੇ ਫੋਨ ਕੀਤਾ ਕੈਨੇਡਾ ਤੋਂ, ਕਹਿੰਦੇ ਸਾਡੇ ਚੋਰ ਕੋਈ ਆ ਗਏ, ਤੁਸੀਂ ਆਪਣਾ ਘਰ ਚੈੱਕ ਕਰ ਦਿਓ। ਮੈਂ ਸਵੇਰ ਤੋਂ ਆਈ ਤਾਂ ਸਾਰਾ ਕੁਛ ਦੇਖਿਆ, ਸਭ ਕੁਛ ਚੋਰੀ ਹੋਇਆ ਪਿਆ ਸੀ ਮੇਰਾ ਸਮਾਨ। ਕਿੰਨਾ ਕੁ ਨੁਕ ਕੀ ਕੁਛ ਲੈ ਗਏ? ਕਾਫੀ ਕੁਛ ਲੈ ਗਏ, ਦੀਵਾਰ ਭਰਿਆ ਵਾ ਸੀ, ਅਲਮਾਰੀ ਭਰੀ ਵੀ ਸੀ, ਗੋਦਰੇਜ ਸੀ, ਬੈਠੀ ਸੀ ਤੁਹਾਡੇ ਸਾਹਮਣੇ, ਸਾਰਾ ਬਿਸਤਰੇ ਵਗੈਰਾ ਸੀਗਾ, ਰਸੋਈ ਚੋਂ ਸਮਾਨ ਲੈ ਕੇ ਸਾਰਾ ਚੱਕ ਕੇ। ਬਾਕੀ ਨਿੱਕ ਸੁੱਕ ਹੁਣ ਥੋੜਾ ਦਿਮਾਗ 'ਚ ਰਹਿੰਦਾ ਜੀ, ਘਰਾਂ 'ਚ 100 ਸਮਾਨ ਇਕੱਠੇ ਹੋਏ ਹੁੰਦੇ ਨੇ ਸਰ। ਬਾਕੀ ਤੁਹਾਡੇ ਸਾਹਮਣੇ ਹਾਲ ਚਾਲ ਧਰਦਾ ਹੋਇਆ ਪਿਆ ਜੋ। ਕਿੰਨਾ ਕੁ ਨੁਕਸਾਨ ਲੱਗਦਾ, ਕਿੰਨਾ ਕੁ ਨੁਕਸਾਨ? ਮੈਂ ਤਾਂ ਹੁਣ ਤੁਸੀਂ ਦੇਖੋ, ਮੈਨੂੰ ਤਾਂ ਆਪ ਨਹੀਂ ਹਿਸਾਬ, ਮੇਰਾ ਦਿਮਾਗ ਅਪਸੈਟ ਹੋਇਆ ਪਿਆ ਜੀ। ਮੈਂ ਤਾਂ ਕੁਛ ਨਹੀਂ ਸੋਚਿਆ, 2 ਮਹੀਨੇ ਪਹਿਲਾਂ ਵੀ ਚੋਰੀ ਹੋ ਗਈ ਸੀ। ਵੀਰ ਜੀ, ਅਸੀਂ ਉਰੇ ਗਾਹਕ ਅਟੈਂਡ ਕਰ ਰਹੇ ਸੀ, ਬਾਹਰ ਸਾਡਾ ਜੂਸਰ ਪਿਆ ਸੀ, 2 ਕੋਈ ਨਸ਼ੇ ਦੀ ਤੋੜ ਵਾਲੇ ਬੰਦੇ ਹੋਣਗੇ, ਕੁਛ ਵੀ ਹੋਣਗੇ, ਬਸ ਸ਼ਰਾਰਤੀ ਅਨਸਰ ਸਾਡਾ ਉਰੋ ਜੂਸਰ ਚੱਕ ਕੇ ਭੱਜ ਗਏ ਨੇ। ਪਤਾ ਵੀ ਨਹੀਂ ਲੱਗਾ, ਇੰਨੀ ਤੇਜ਼ ਗਏ ਨੇ ਵੀ ਜੂ ਸਾਡਾ 2 ਵਾਰ ਚੋਰੀ ਹੋ ਰਹੀ ਹੈ ਸਾਡੀ ਦੁਕਾਨ 'ਤੇ। 1 ਵਾਰੀ ਪਹਿਲਾਂ ਸਾਡਾ ਚੁੱਲ੍ਹਾ ਚੱਕਿਆ ਗਿਆ ਜੀ, ਹੁਣ ਜੂਸਰ ਚੱਕਿਆ ਗਿਆ ਜੀ, ਸਾਡਾ ਅੱਜ ਤੱਕ ਕੋਈ ਸੁਣਵਾਈ ਨਹੀਂ ਹੋਈ ਕਿਸੇ 'ਚ ਵੀ। ਚੋਰੀਆਂ ਸੰਬੰਧੀ ਮੈਨੂੰ ਪਤਾ ਲੱਗਿਆ, ਮੈਂ ਸਾਰੇ SHO ਸਾਹਿਬਾਨਾਂ ਨਾਲ ਗੱਲ ਕੀਤੀ ਹੈ ਅਤੇ ਉਹਨਾਂ ਨੂੰ ਕਿਹਾ ਵੀ ਜਿਹੜੀ ਇਹਨਾਂ ਦੀ ਪੜਤਾਲ ਕਰਕੇ FIR ਦਰਜ ਕਰਕੇ ਜਿਹੜੀ ਤਫਤੀਸ਼ ਹਮਲੇ ਵਿੱਚ ਲਿਆਂਦੀ ਜਾਵੇ ਅਤੇ ਅੱਗੇ ਤੋਂ ਜਿਹੜੀ ਹੈ ਚੋਰੀਆਂ ਦੀ ਰੋਕਥਾਮ ਲਈ ਸ਼ਹਿਰ ਦੇ ਵਿੱਚ ਗਸ਼ਤ ਵਧਾਈ ਜਾਵੇ। ਇਸ ਮੈਂ ਤੁਹਾਡੇ ਮਾਧਿਅਮ ਰਾਹੀਂ ਮੈਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਨੀ ਚਾਹੁੰਦਾ ਵੀ ਕਈ ਜਗ੍ਹਾ ਇਹੋ ਜਿਹੀਆਂ ਹੁੰਦੀਆਂ ਨੇ ਸ਼ਹਿਰ ਜਿੱਥੇ ਪੁਲਿਸ ਜਾ ਵੀ ਨਹੀਂ ਸਕਦੀ, ਭੀੜੀਆਂ ਗਲੀਆਂ ਜਾਂ ਹੋਰ, ਉੱਥੇ ਬਾਜ਼ਾਰ ਦੇ ਵਿੱਚ ਚੌਂਕੀਦਾਰ ਵਗੈਰਾ ਰੱਖੇ ਜਾਣ ਤਾਂ ਜੋ ਜਿਹੜਾ ਹੈ ਪੁਲਿਸ ਨੂੰ ਇਹਨਾਂ ਦੀ ਵੀ ਸਹਾਇਤਾ ਮਿਲ ਸਕੇ। ਸਰ, ਤੁਸੀਂ ਦੇਖ ਸਕਦੇ ਵੀ ਕਿਵੇਂ ਵੀ ਦਿਨ ਦਿਹਾੜੇ ਜੂਸਰ ਚੱਕ ਕੇ ਭੱਜੇ ਜੀ? ਉਸ ਸੰਬੰਧੀ ਦਿਨ ਦਿਹਾੜੇ ਤਾਂ ਨਹੀਂ, ਉਹ ਹਨੇਰੇ ਹੋਈ ਹੋਈ ਹੈ ਚੋਰੀ ਜਿਹੜੀ ਹੋਈ ਹੈਗੀ, ਪਰ ਉਹਦੇ ਵਿੱਚ ਮੈਂ ਇਹ ਵੀ ਕਹਿਣਾ ਚਾਹੁੰਦਾ ਦੁਕਾਨਦਾਰਾਂ ਵੀ ਆਪਣਾ ਸਮਾਨ ਹੈ ਜਿਹੜਾ ਉਹ ਉਨਾ ਹੀ ਕੀ ਹੀ
ਰਸਤੇ ਦੇ ਵਿੱਚ ਰੱਖਣ ਜਿੰਨੇ ਚ ਉਹਦੀ ਨਿਗਾਹ ਚ ਰਹੇ। ਲੰਡਨ ਵਿੱਚ ਗਾਇਬ ਹੋਏ ਗੁਰਸ਼ਮਨ ਸਿੰਘ ਭਾਟੀਆ ਦੇ ਘਰ ਪਹੁੰਚੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਤੇ ਗੱਲਬਾਤ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਨੇ ਕਿਹਾ ਕਿ ਪਰਿਵਾਰ ਵਿੱਚ ਇਸ ਵਕਤ ਦੁੱਖ ਦੀ ਘੜੀ ਹੈ ਤੇ ਦੁੱਖ ਵੰਡਾਉਣ ਲਈ ਅਸੀਂ ਸੰਪੂਰਨ ਰੂਪ ਨਾਲ ਪਰਿਵਾਰ ਦੇ ਨਾਲ ਹਾਂ। ਉਹਨਾਂ ਕਿਹਾ ਕਿ ਜਿੱਥੇ ਉਹਨਾਂ ਨੂੰ ਜ਼ਰੂਰਤ ਹੋਵੇਗੀ ਉਹ ਸਾਥ ਦੇਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਲੰਧਰ ਨਿਵਾਸੀ ਸਰਦਾਰ ਜਿੰਦਰ ਸਿੰਘ ਜੀ ਭਾਟੀਆ, ਉਹਨਾਂ ਦਾ ਪੋਤਰਾ ਬੱਚਾ ਗੁਰਸ਼ਮਨ ਸਿੰਘ ਜੋ ਕਿ ਇੰਗਲੈਂਡ ਵਿੱਚ 11 ਮਹੀਨੇ ਪਹਿਲਾਂ ਪੜ੍ਹਨ ਵਾਸਤੇ ਗਿਆ ਸੀ, ਅਕਾਲ ਪੁਰਖ ਦੇ ਹੁਕਮ ਅਨੁਸਾਰ ਉਸ ਬੱਚੇ ਦੇ ਨਾਲ ਬਹੁਤ ਦੁੱਖਦਾਈ ਭਾਣਾ ਵਾਪਰਿਆ। ਅੱਜ ਉਸ ਬੱਚੇ ਦੇ ਪਰਿਵਾਰ ਨਾਲ ਸਰਦਾਰ ਅਜਿੰਦਰ ਸਿੰਘ, ਸਰਦਾਰ ਹਰਪ੍ਰੀਤ ਸਿੰਘ ਸਮੁੱਚੇ ਭਾਟੀਆ ਪਰਿਵਾਰ ਦੇ ਨਾਲ ਅਫਸੋਸ ਕਰਨ ਵਾਸਤੇ, ਗੁਰੂ ਚਰਨਾਂ ਵਿੱਚ ਅਰਦਾਸ ਕਰਨ ਵਾਸਤੇ ਜਲੰਧਰ ਵਿਖੇ ਮਾਨਯੋਗ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹੁੰਚੇ ਹੋਏ ਨੇ। ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਕੁਲਵੰਤ ਸਿੰਘ ਜੀ ਮੰਨਣ, ਪਰਮਜੀਤ ਸਿੰਘ ਜੀ ਰਾਜਪੁਰ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਔਰ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਹੈ ਕਿ ਸਤਿਗੁਰੂ ਪਰਿਵਾਰ ਨੂੰ ਸੁੱਖ ਸ਼ਾਂਤੀ ਬਖਸ਼ਿਸ਼ ਕਰਨ, ਪਾਣਾ ਮਿੱਠਾ ਕਰਕੇ ਮੰਨਣ ਦਾ ਬਲ ਬਖਸ਼ਿਸ਼ ਕਰਨ ਔਰ ਇਹ ਭਰੋਸਾ ਪਰਿਵਾਰ ਨੂੰ ਦਵਾਇਆ ਕਿ ਭਵਿੱਖ ਵਿੱਚ ਵੀ ਕਿਸੇ ਪ੍ਰਕਾਰ ਦੀ ਕੋਈ ਜ਼ਰੂਰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੈਂਦੀ ਹੈ ਅਤੇ ਅਸੀਂ ਸਾਰੇ ਸੰਗਤੀ ਰੂਪ ਵਿੱਚ ਪਰਿਵਾਰ ਦੇ ਨਾਲ ਹਾਂ ਔਰ ਹਰ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਨਾਲ ਖੜ੍ਹੇ ਹਾਂ। ਸਤਿਗੁਰੂ ਪਰਿਵਾਰ ਨੂੰ ਇਹ ਆਪਣਾ ਬਾਲ ਉਦਮ ਬਖਸ਼ਿਸ਼ ਕਰਨ ਕੇ ਉਹ ਇਸ ਪਾਣੀ ਨੂੰ ਮਿੱਠਾ ਕਰਕੇ ਮੰਨਣ। ਸਤਿਗੁਰੂ ਮਿਹਰ ਕਰ। ਪਠਾਨਕੋਟ ਦੇ ਨਾਲ ਲੱਗਦੇ ਪਿੰਡ ਜਸਵਾਲੀ ਦੇ ਇੱਕ ਗਰੀਬ ਘਰ ਦਾ ਲੜਕਾ ਰੋਹਿਤ ਜਸਵਾਲੀ, ਜਿਸ ਵੱਲੋਂ ਸਿੰਗਿੰਗ ਦੀ ਦੁਨੀਆ ਵਿੱਚ ਜਿੱਥੇ ਆਪਣੀ ਜਗ੍ਹਾ ਬਣਾਈ ਉੱਥੇ ਇਸ ਵੱਲੋਂ ਕਈ ਮੁਕਾਬਲੇ ਜਿੱਤ ਆਪਣੀ ਸਿੰਗਿੰਗ ਦਾ ਲੋਹਾ ਵੀ ਮਨਵਾਇਆ। ਜਦੋਂ ਸਾਡੀ ਚੈਨਲ ਦੀ ਟੀਮ ਵੱਲੋਂ ਅੱਜ ਰੋਹਿਤ ਦੇ ਜਸਵਾਲੀ ਦੇ ਪਿੰਡ ਜਸਵਾਲੀ ਵਿਖੇ ਪਹੁੰਚੀ ਤਾਂ ਉਸ ਨਾਲ ਗੱਲਬਾਤ ਕੀਤੀ। ਰੋਹਿਤ ਜਸਵਾਲੀ ਵੱਲੋਂ ਦੱਸਿਆ ਗਿਆ ਕਿ ਉਹ ਇੱਕ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਹੈ ਤੇ ਉਸਦੇ ਪਿਤਾ ਮਜ਼ਦੂਰੀ ਕਰਦੇ ਹਨ ਜਿਸ ਨਾਲ ਉਹਨਾਂ ਦੇ ਘਰ ਦਾ ਗੁਜ਼ਾਰਾ ਚੱਲਦਾ ਹੈ। ਉਸ ਵੱਲੋਂ ਦੱਸਿਆ ਗਿਆ ਕਿ ਉਹ ਪੜ੍ਹਨ ਦੇ ਨਾਲ ਨਾਲ ਗਾਉਣ ਬਚਾਉਣ ਦਾ ਵੀ ਸ਼ੌਂਕ ਰੱਖਦਾ ਹੈ ਤੇ ਉਸ ਵੱਲੋਂ ਜਾਗਰਣ ਵਿੱਚ ਗਾ ਕੇ ਆਪਣੇ ਪਿਤਾ ਨਾਲ ਘਰ ਦੇ ਵਿੱਚ ਹੱਥ ਵੀ ਵਟਾਉਂਦਾ ਹੈ। ਕਦੇ ਉਸ ਪੈਰ ਥੱਲੇ, ਕਦੇ ਉਸ ਪੈਰ ਥੱਲੇ, ਕਾ ਤੂੰ ਠੁਕਰਾ ਤੁਮਾਰੇ ਅਗੇ, ਬੜੇ ਦੁੱਖ ਚੱਲੇ ਮਰ ਮੁਕਿਆਂ ਮਰ ਮੁਕਿਆਂ ਸਥਾਨਕ ਸ਼ੂਗਰ ਮਿੱਲ ਚਲਾਉਣ ਅਤੇ ਕਿਸਾਨਾਂ ਦਾ ਪਿਛਲੇ ਸਾਲ ਦਾ ਮਿੱਲ ਵੱਲ ਰਹਿੰਦਾ ਕਰੀਬ 17 ਕਰੋੜ ਰੁਪਇਆ ਦਵਾਉਣ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਗੰਨਾ ਕਿਸਾਨਾਂ ਵੱਲੋਂ ਆਪਣੇ ਮਸਲਾ ਹੱਲ ਨਾ ਹੁੰਦਾ ਵੇਖ ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਸਥਾਨਕ ਤੋਤਾਪੁਰੀ ਰੋਡ ਤੇ ਸਥਿਤ ਦਫ਼ਤਰ ਅੱਗੇ ਗੰਨਾ ਸੁੱਟ ਕੇ ਧਰਨਾ ਲਗਾਇਆ ਗਿਆ। ਕਿਸਾਨਾਂ ਨੇ ਰੋਸ ਨੂੰ ਵੇਖਦੇ ਹੋਏ ਪ੍ਰਸ਼ਾਸਨ ਵੱਲੋਂ ਮੁੱਖ ਮੰਤਰੀ ਦਫ਼ਤਰ ਦੀ ਸੁਰੱਖਿਆ ਵਿੱਚ ਵਾਧਾ ਕਰਦੇ ਹੋਏ ਭਾਰੀ ਗਿਣਤੀ ਵਿੱਚ ਫੋਰਸ ਬਲ ਤੈਨਾਤ ਕੀਤਾ ਗਿਆ। ਮਾਮਲਾ ਤਾਂ ਅਸੀਂ ਦੁਖੀ ਹੋਏ ਹਾਂ, ਸਾਡਾ ਮੱਚਣ ਨੂੰ ਤਾਂ ਆਪ ਜੀ ਕਰਦਾ ਵੀ ਗੰਨਾ ਫੂਕਣ ਤੋਂ ਪਹਿਲਾਂ ਆਪ ਮੱਚ ਜਾਈਏ, ਪਰ ਮਜਬੂਰੀ ਆ ਜੇ ਮਤਲਬ
ਕੁਛ ਜ਼ਿੰਮੇਵਾਰ ਲੋਕ ਨੇ ਜਿਹੜੇ ਸਾਨੂੰ ਮੱਚਣ ਤੋਂ ਜਾਂ ਮਰਨ ਤੋਂ ਰੋਕਦੇ ਨੇ। ਸਾਡਾ ਜੀ ਤਾਂ ਮੇਰਾ ਆਪਦਾ ਕਰਦਾ ਵੀ ਇਹਨੂੰ ਨਾ ਫੂਕੋ ਮੈਨੂੰ ਫੂਕ ਦਿਓ, ਕਿਉਂਕਿ ਸਾਨੂੰ ਮਜਬੂਰ ਕਰਤਾ ਪ੍ਰਸ਼ਾਸਨ ਅਤੇ ਸਰਕਾਰ ਨੇ ਆਹ ਕੰਮ ਕਰਨ ਵਾਸਤੇ। ਨਹੀਂ ਉਹ ਕਾਹਤੋਂ ਨਹੀਂ ਚੱਲਣੀ, ਉਹ ਪ੍ਰੋਪਰਟੀ ਆ, ਉਹ ਉਹਨਾਂ ਨੂੰ ਕੌਡੀਆਂ ਦੇ ਭਾਅ ਦਿੱਤੀ ਹੋਈ ਆ ਇੰਡਸਟਰੀ ਚਲਾਉਣ ਵਾਸਤੇ। ਉਹ 70 ਸਾਲਾਂ ਤੋਂ ਚੱਲਦੀ ਆਉਂਦੀ ਆ, ਕੀ ਉਹ ਆਮ ਦੀ ਆਪਦੀ ਸਰਕਾਰ 'ਚ ਹੀ ਬੰਦ ਹੋਣੀ ਆ? ਮੰਗ ਕਰਦਿਆਂ ਵੀ ਅੱਜ ਇਹ ਵੀ ਕਿਸਾਨਾਂ ਦੀ ਸੁਣ ਲਓ, ਨਹੀਂ ਕਿਸਾਨ ਵੀ ਮੱਚਣਗੇ ਅੱਜ ਗੱਲਾਂ ਮੱਚਦਾ। ਅਸੀਂ ਅੱਜ ਸੀਐਮ ਦਫ਼ਤਰ ਮੂਹਰੇ ਆਏ ਹਾਂ ਬੜੇ ਭਾਰੇ ਮਾਨ ਨਾਲ, ਆਪਣੇ ਪੁੱਤਾਂ ਵਾਂਗੂ ਪਾਲੀ ਫਸਲ ਨੂੰ ਸਾੜਨ ਆਇਆ। ਕਾਰਨ ਕੀ ਬਣਿਆ? ਸਾਡੀ ਸਰਕਾਰ ਨੇ ਕਿਸਾਨਾਂ ਦਾ ਕਦੇ ਦਰਦ ਨਹੀਂ ਜਾਣਿਆ। ਸਾਡੀ ਗੰਨੇ ਦੀ ਫਸਲ ਅੱਜ ਸੜਕਾਂ 'ਤੇ ਰੁਲਦੀ ਹੈ, 10 ਦਿਨ ਤੋਂ ਟਰਾਲੀਆਂ ਭਰੀਆਂ ਮਿੱਲ ਦੇ ਗੇਟ 'ਤੇ ਖੜੀਆਂ ਨੇ, ਗੰਨਾ ਖਰੀਦਣ ਨੂੰ ਤਿਆਰ ਨਹੀਂ, ਮਿੱਲ ਚਲਾਉਣ ਨੂੰ ਤਿਆਰ ਨਹੀਂ। ਬੜੀਆਂ ਮੀਟਿੰਗਾਂ ਕਰਕੇ ਪ੍ਰਸ਼ਾਸਨ ਨਾਲ ਜਦੋਂ ਸਾਡੀ ਕੋਈ ਸੁਣਵਾਈ ਨਹੀਂ ਹੋਈ, ਅੱਜ ਅਸੀਂ ਉਹ ਫਸਲ ਨੂੰ ਆਪਣੇ ਹੱਥੀਂ ਸਾੜਨਾ ਆ। ਜਾਂ ਸਾਡਾ ਪਰਮਾਤਮਾ ਜਾਣਦਾ ਜਾਂ ਅਸੀਂ ਜਾਣਦੇ ਹਾਂ, ਸਾਡਾ ਜੀ ਕਰਦਾ ਅਸੀਂ ਵੀ ਆ ਫਸਲ ਦੇ ਨਾਲ ਸੜ ਜਾਈਏ। ਸਾਡਾ ਮਨ ਬੜਾ ਦੁਖੀ ਆ ਤੇ ਭਰਿਆ ਮਨ ਲੈ ਕੇ ਆਇਆ। ਸਾਡਾ ਧਰਨਾ ਤਾਂ ਹੁਣ ਸਮਾਂ ਹੀ ਦੱਸੂਗਾ, ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ, ਇਹ ਮਿਲ ਨਹੀਂ ਚੱਲਦਾ, ਇਹ ਸਾਡੀ ਬਕਾਇਆ ਪੇਮੈਂਟ ਨਹੀਂ ਮਿਲਦੀ ਜਿਹੜੀ 14 ਕਰੋੜ ਬਾਕੀ ਆ, ਉਹਨਾਂ ਚਿਰ ਧਰਨਾ ਜਾਰੀ ਰਹੂਗਾ। ਠੰਡੇ ਮੱਦੇ ਨਾਲ ਚੱਲਾਂਗੇ, ਪੜਾਅ ਵਾਰ ਪੜਾਅ ਅੱਗੇ ਸਾਡਾ ਜਿਹੜਾ ਸੰਘਰਸ਼ ਹੈ ਉਹ ਅੱਗੇ ਵੱਧਦਾ ਰਹੂਗਾ। ਡਿਟੇਲ ਤੌਰ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਹੈ ਜੋ ਕਿਸਾਨਾਂ ਵੱਲੋਂ ਜਿਹੜੀ ਸਮੱਸਿਆ ਧਿਆਨ ਲਈ ਗਈ ਸੀ ਉਹਦੇ ਸੰਬੰਧ ਵਿੱਚ ਕੇਂਦਰ ਕਮਿਸ਼ਨਰ ਪੰਜਾਬ ਜੀ ਵੱਲੋਂ ਇੱਕ ਡਿਟੇਲ 'ਚ ਮੀਟਿੰਗ ਕੀਤੀ ਜਾਏਗੀ ਕੱਲ੍ਹ 11:30 ਵਜੇ, ਔਰ ਉਹਦੇ ਵਿੱਚ ਜੋ ਜੋ ਪੁਆਇੰਟ ਰੱਖੇ ਗਏ ਕਿਸਾਨਾਂ ਵੱਲੋਂ ਉਹ ਸਾਰੇ ਡਿਟੇਲ 'ਚ ਵਿਚਾਰ ਵਟਾਂਦਰਾ ਕਰਕੇ ਤੇ ਜੋ ਉਹਦਾ ਹੱਲ ਹੈ ਉਹ ਕੱਢਿਆ ਜਾਏਗਾ। ਪੰਚਕੂਲਾ ਦੇ ਬਰਵਾਲਾ ਦੇ ਮਸ਼ਹੂਰ ਭੁਪੇਸ਼ ਰਾਣਾ ਕਤਲ ਕੇਸ ਵਿੱਚ ਪੰਚਕੂਲਾ ਦੀ ਅਦਾਲਤ ਨੇ ਵੱਡਾ ਫੈਸਲਾ ਸੁਣਾਇਆ। ਦੱਸ ਦੇਈਏ ਕਿ ਅਪ੍ਰੈਲ 2018 ਵਿੱਚ ਭੁਪੇਸ਼ ਰਾਣਾ ਦੀ ਦਿਨ ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਤੇ ਭੁਪੇਸ਼ ਰਾਣਾ ਨੂੰ 16 ਅਪ੍ਰੈਲ 2018 ਨੂੰ ਬਰਵਾਲਾ ਦੇ ਸ਼ਿਵ ਮੰਦਿਰ ਨੇੜੇ 12 ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਚੰਡੀਗੜ੍ਹ ਦੇ ਸੀਨੀਅਰ ਫੋਟੋ ਪੱਤਰਕਾਰ ਸੰਤੋਖ ਸਿੰਘ ਤਾਇਆ ਜੀ ਦਾ ਦੇਹਾਂਤ ਹੋ ਗਿਆ। ਸੰਤੋਖ ਸਿੰਘ ਨੇ ਅੱਜ ਸਵੇਰੇ ਆਖਰੀ ਸਾਹ ਲਏ। ਤਾਇਆ ਜੀ ਭਿਆਨਕ ਬਿਮਾਰੀ ਨਾਲ ਪੀੜਿਤ ਸਨ, ਜਿਸ ਦੇ ਚਲਦੇ ਅੱਜ ਉਹਨਾਂ ਦਾ ਦੇਹਾਂਤ ਹੋ ਗਿਆ। ਜ਼ਿਕਰਯੋਗ ਹੈ ਕਿ ਪੱਤਰਕਾਰ ਭਾਈਚਾਰੇ ਵਿੱਚ ਸੰਤੋਖ ਸਿੰਘ ਨੂੰ ਤਾਇਆ ਜੀ ਦੇ ਤੌਰ ਤੇ ਸਤਿਕਾਰ ਨਾਲ ਜਾਣਿਆ ਜਾਂਦਾ ਸੀ। ਉਹ ਲੰਮੇ ਸਮੇਂ ਸਪੋਕਸਮੈਨ ਨਾਲ ਕੰਮ ਕਰਦੇ ਸਨ ਤੇ ਇਸ ਤੋਂ ਇਲਾਵਾ ਹੋਰ ਕਈ ਵੀ ਅਖਬਾਰਾਂ ਵਿੱਚ ਉਹਨਾਂ ਨੇ ਕੰਮ ਕੀਤਾ ਹੈ। ਦੋਸਤੋ, ਇਹ ਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ। ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ। ਰੱਬ ਰੱਖਾ।